ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰਾਂ ਜੀ ਅੱਜ ਦਾ ਮੁੱਦਾ। ਰੋਜ਼ਾਨਾ ਆਉਂਦੇ ਹਾਂ, ਉਹਨਾਂ ਇਸ਼ੂਜ਼ ਦੀ ਗੱਲ ਕਰਦੇ ਹਾਂ। ਅੱਜ ਜਿਹੜਾ ਇਸ਼ੂ ਅਸੀਂ ਚੱਕਾਂਗੇ ਇਸ ਮੰਚ ਦੇ ਉੱਤੇ, ਉਹ ਬੜਾ ਇੰਪੋਰਟੈਂਟ ਹੈ। ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਅਸੀਂ ਹਮੇਸ਼ਾ ਇਸ ਮੰਚ ਦੇ ਉੱਤੇ ਵੱਖ ਵੱਖ ਮੁੱਦਿਆਂ ਦੇ ਉੱਤੇ ਵਿਚਾਰ ਕੀਤੇ ਹਨ, ਲੇਕਿਨ ਅੱਜ ਜਿਹੜਾ ਮੁੱਦਾ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਏ ਹਾਂ, ਇਸ ਤੋਂ ਪਹਿਲਾਂ ਵੀ ਅਸੀਂ ਇਸ ਦੇ ਉੱਤੇ ਵਿਚਾਰ ਕਰ ਚੁੱਕੇ ਹਾਂ, ਲੇਕਿਨ ਅੱਜ ਤੁਹਾਡੇ ਪ੍ਰਤੀਕਰਮ ਔਰ ਤੁਹਾਨੂੰ ਉਹ ਐਗਜ਼ੈਕਟ ਫਿਗਰਸ ਦੇਣਾ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਅਸੀਂ ਪੰਜਾਬ, ਪੰਜਾਬੀਅਤ ਦੀ ਗੱਲ ਕਰਦੇ ਹਾਂ, ਜਿੱਥੋਂ ਅਸੀਂ ਆਏ ਹਾਂ ਉੱਥੇ ਦੀ ਅਸੀਂ ਗੱਲ ਕਰਦੇ ਹਾਂ, ਲੇਕਿਨ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੇ ਲਈ ਵੀ ਤੁਹਾਨੂੰ ਦੱਸਣਾ ਕਿ ਆਖਿਰਕਾਰ ਉਸ ਪੰਜਾਬ ਦੇ ਵਿੱਚ ਚੱਲ ਕੀ ਰਿਹਾ। ਸਭ ਤੋਂ ਵੱਡੀ ਖਬਰ ਤਾਂ ਇਹੀ ਹੈਗੀ ਹੈ ਕਿ ਹਾਲ ਫਿਲਹਾਲ ਦੇ ਵਿੱਚ ਜਦ ਮੈਂ ਇਸ ਮੰਚ ਦੇ ਉੱਤੇ ਪਿਛਲੇ ਵੀਕ ਪ੍ਰੋਗਰਾਮ ਲੈ ਕੇ ਆਇਆ ਸੀਗਾ, ਜਿੱਥੇ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਕਿਵੇਂ ਉੱਥੇ ਦੇ ਜਿਹੜੇ MLA ਨੇ ਉਹ ਆਪਣੇ ਹੀ ਸਰਕਾਰ ਦੇ ਖਿਲਾਫ ਬੋਲ ਰਹੇ ਹਨ, ਉਹਨਾਂ ਦਾ ਮੰਨਣਾ ਸੀਗਾ ਕਿ ਕੈਪਟਨ ਸਾਹਿਬ ਸਾਨੂੰ ਟਾਈਮ ਨਹੀਂ ਦਿੰਦੇ, ਕੈਪਟਨ ਸਾਹਿਬ ਸਾਨੂੰ ਮਿਲਦੇ ਨਹੀਂ ਹਨ। ਲੇਕਿਨ ਕੈਪਟਨ ਸਾਹਿਬ ਕਿਉਂ ਨਹੀਂ ਮਿਲਦੇ, ਆਖਿਰਕਾਰ ਵਜ੍ਹਾ ਕੀ ਹੈ? ਖਬਰ ਸਭ ਤੋਂ ਵੱਡੀ ਹਾਲ ਫਿਲਹਾਲ ਦੇ ਵਿੱਚ ਜੋ ਕਿ ਬਹੁਤ ਹੀ ਦੁਖਦਾਈ ਹੈ, ਜਿਹੜੀ ਪੰਜਾਬ ਤੋਂ ਸਾਹਮਣੇ ਆਈ ਹੈ ਕਿ ਪੰਜਾਬ ਦਾ ਖਜ਼ਾਨਾ ਜਿਹੜਾ ਉਹ ਖਾਲੀ ਹੋ ਚੁੱਕਿਆ। ਪੰਜਾਬ ਦੀ ਮਾਲੀ ਹਾਲਤ ਇਸ ਟਾਈਮ ਬਿਲਕੁਲ ਡਿੱਗੀ ਹੋਈ ਹੈ, ਬਹੁਤ ਖਰਾਬ ਹੈ। ਭਾਵੇਂ ਅਸੀਂ ਇੱਥੇ ਬਹਿ ਕੇ ਜਿੰਨਾ ਮਰਜ਼ੀ ਰੋਡ ਮੈਪ ਤਿਆਰ ਕਰ ਲਈਏ, ਭਾਵੇਂ ਅਸੀਂ ਆਪਣੀ ਵਿਚਾਰਧਾਰਾ, ਭਾਵੇਂ ਆਪਣੀ ਅਸੀਂ ਕੋਈ ਵੀ ਗੱਲ ਅਜਿਹੀ ਕਰ ਲਈਏ ਜਿਸ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਸਾਨੂੰ ਪੰਜਾਬ ਨੂੰ ਵਧੀਆ ਬਣਾਉਣਾ ਚਾਹੀਦਾ ਜਾਂ ਫਿਰ ਉਹ ਭਵਿੱਖ ਸਾਨੂੰ ਪੰਜਾਬ ਨੂੰ ਦੇਣਾ ਚਾਹੀਦਾ, ਲੇਕਿਨ ਜਿੱਥੇ ਭਵਿੱਖ ਦੇ ਨਾਲ ਨਾਲ ਅਸੀਂ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਚੱਕ ਕੇ ਅੱਜ ਪੰਜਾਬ ਦੇ ਵਿੱਚ ਪੈਸੇ ਤਾਂ ਭੇਜਦੇ ਹਾਂ, ਉਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਤਾਂ ਹਾਂ, ਲੇਕਿਨ ਜਿਹੜੀ ਬੇਸਿਕ ਨੈਸੈਸਿਟੀ ਹੈ ਪੰਜਾਬ ਨੂੰ ਚਲਾਉਣ ਦੇ ਲਈ, ਜਿਹੜਾ ਰੈਵੀਨਿਊ ਪੰਜਾਬ ਦੇ ਵਿੱਚ ਆਉਣਾ ਚਾਹੀਦਾ ਉਹ ਕਿਵੇਂ ਕ੍ਰੀਏਟ ਹੋਊਗਾ, ਇਹਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਅਰਥਸ਼ਾਸਤਰੀ ਹਨ, ਜਿਹੜੇ ਮਾਹਿਰ ਹਨ ਇਕਾਨਮੀ ਦੇ, ਰੈਵੀਨਿਊ ਡਿਪਾਰਟਮੈਂਟ ਦੇ, ਉਹ ਬਹੁਤ ਜ਼ਿਆਦਾ ਵਿਚਾਰ ਕਰ ਰਹੇ ਹਨ ਕਿ ਕਿਵੇਂ ਪੰਜਾਬ ਦੇ ਵਿੱਚ ਮਨੀ ਜਿਹੜਾ ਉਹ NRIਆਂ ਤੋਂ ਇਨਵੈਸਟ ਵੀ ਕਰਾਇਆ ਜਾਏ, ਉੱਥੇ ਕਾਰੋਬਾਰ ਨੂੰ ਕਿਵੇਂ ਅਸੀਂ ਵਧਾ ਸਕਦੇ ਹਾਂ, ਕਿਵੇਂ ਅਸੀਂ ਕਾਰੋਬਾਰ ਦੇ ਵਿੱਚ ਇਜ਼ਾਫਾ ਕਰ ਸਕਦੇ ਹਾਂ, ਔਰ ਕਿਵੇਂ ਸਾਡੇ ਜਿਹੜੇ ਉੱਥੇ ਵਪਾਰੀ ਹਨ ਜਾਂ ਫਿਰ ਹੋਰ ਵੀ ਜਿਹੜੇ ਮੋਡਿਊਲ ਹਨ ਰੈਵੀਨਿਊ ਜਨਰੇਟ ਕਰਨ ਦੇ ਵਿੱਚ ਕਿਵੇਂ ਅਸੀਂ ਵਚਨਬੰਦ ਹੋ ਸਕਦੇ ਹਾਂ। ਪਰ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਸੂਤਰਾਂ ਦੇ ਹਵਾਲੇ ਤੋਂ ਜੋ ਸਾਨੂੰ ਫਿਗਰਸ ਮਿਲੇ ਹਨ ਜੋ ਇਸ ਟਾਈਮ ਹਾਲ ਫਿਲਹਾਲ ਦੇ ਪੰਜਾਬ ਦੇ ਵਿੱਚ ਰੈਵੀਨਿਊ ਨੂੰ ਲੈ ਕੇ, ਕਰਜ਼ੇ ਨੂੰ ਲੈ ਕੇ, ਡੈਪਟ ਨੂੰ ਲੈ ਕੇ ਜੋ ਸਾਡੇ ਸਾਹਮਣੇ ਆਏ ਹਨ ਉਹ ਮੈਂ ਤੁਹਾਡੇ ਸਾਹਮਣੇ ਰੱਖ ਦੇਵਾਂ। ਹਾਲ ਫਿਲਹਾਲ ਦੇ ਵਿੱਚ ਪੰਜਾਬ ਦੇ ਜਿਹੜੇ ਬੈਂਕ ਅਕਾਊਂਟ ਦੇ ਵਿੱਚ, ਯਾਨੀ ਕਿ ਪੰਜਾਬ ਸਰਕਾਰ ਦੇ ਕੋਲ ਲਗਭਗ 540 ਕਰੋੜ ਹੈ, ਲਗਭਗ 540 ਕਰੋੜ, ਔਰ ਜਿਹਦੇ ਵਿੱਚ 35,000 ਕਰੋੜ ਦੀ ਦੇਣਦਾਰੀ ਹੈ ਅਤੇ 213,000 ਕਰੋੜ ਪੰਜਾਬ ਦੇ ਉੱਤੇ ਕਰਜ਼ਾ ਹੈ, ਉਹਦਾ ਇੰਟਰਸਟ 4700 ਕਰੋੜ ਪੰਜਾਬ ਨੂੰ ਦੇਣਾ ਪੈਂਦਾ ਅਤੇ ਕਹਿਣ ਦਾ ਭਾਵ ਹੈ ਕਿ ਪੰਜਾਬ ਦੇ ਕੋਲ ਇੰਟਰਸਟ ਦੇਣ ਦੇ ਵੀ ਪੈਸੇ ਨਹੀਂ ਹੈ। ਉਮੀਦਾਂ ਸੀਗੀਆਂ ਮਨਪ੍ਰੀਤ ਬਾਦਲ ਹੋਰਾਂ ਤੋਂ, ਖਜ਼ਾਨਾ ਮੰਤਰੀ ਪੰਜਾਬ ਦੇ, ਜੋ ਕਿ ਅਕਾਲੀ ਦਲ ਛੱਡ ਕੇ ਇਸ ਕਰਕੇ ਆਏ ਸੀਗੇ ਕਿ ਉਹ ਕਹਿੰਦੇ ਸੀਗੇ ਕਿ ਮੈਨੂੰ ਅਕਾਲੀ ਦਲ ਦੇ ਵਿੱਚ ਕੰਮ ਨਹੀਂ ਕਰਨ ਦਿੱਤਾ ਜਾਂਦਾ, ਅਗਰ ਮੈਂ ਕੋਈ ਕੰਮ ਵਧੀਆ ਕੋਈ ਪੋਲਿਸੀ ਅਗਰ ਮੈਂ ਲੈ ਕੇ ਆਉਣਾ ਚਾਹੁੰਦਾ ਤਾਂ ਉਸ ਪੋਲਿਸੀ ਦੇ ਉੱਤੇ ਵੀ ਮੈਨੂੰ ਨਹੀਂ ਬੋਲਣਾ ਦਿੱਤਾ ਜਾਂਦਾ, ਕੋਈ ਅਗਰ ਮੈਂ ਰਿਫੋਰਮਸ ਜਾਂ ਫਿਰ ਮੈਂ ਕੋਈ ਆਲਟਰਨੇਟਿਵ ਟੈਕਨੀਕਸ ਲੈ ਕੇ ਆਉਂਦਾ ਤਾਂ ਮੈਨੂੰ ਬੋਲਣ ਨਹੀਂ ਦਿੱਤਾ ਜਾਂਦਾ। ਲੇਕਿਨ ਹੁਣ ਖੁਦ ਆਪ ਮਨਪ੍ਰੀਤ ਬਾਦਲ ਕਾਂਗਰਸ ਜੁਆਇਨ ਕਰਨ ਤੋਂ ਬਾਅਦ, ਬਕਾਇਦਾ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਆਪਣਾ ਕੋਈ ਕਮੈਂਟ ਨਹੀਂ ਦੇ ਰਹੇ, ਮੀਡੀਆ ਦੇ ਸਾਹਮਣੇ ਵੀ ਨਹੀਂ ਆ ਰਹੇ। ਮਹਾਰਾਜਾ ਸਾਹਿਬ ਇਸ ਕਰਕੇ ਨਹੀਂ ਆ ਰਹੇ ਕਿਉਂਕਿ MLA ਉਹਨਾਂ ਦੇ ਆਪ ਦੇ ਪਰੇਸ਼ਾਨ ਨੇ, MLA ਨੂੰ ਗ੍ਰਾਂਟ ਨਹੀਂ ਮਿਲ ਰਹੀ, ਉਹ ਪਹਿਲਾਂ ਹੀ ਪਰੇਸ਼ਾਨ ਨੇ ਕਿ ਜਿਹੜਾ ਪੰਜਾਬ ਸਰਕਾਰ ਹੈਗੀ ਉਹ ਅਫਸਰ ਚਲਾ ਰਹੇ ਨੇ। ਸੁਣਨ 'ਚ ਇਹ ਵੀ ਆਇਆ ਕਿ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਪਾਲੇ ਦੇ ਵਿੱਚ, ਨਵਜੋਤ ਸਿੰਘ ਸਿੱਧੂ ਜਿਹੜਾ ਧੜਾ ਹੈਗਾ, ਯਾਨੀ ਕਿ ਉਹਨਾਂ ਦੇ ਨਾਲ ਜਿਹੜਾ ਸਪੋਰਟ ਨਵਜੋਤ ਸਿੰਘ ਸਿੱਧੂ ਨੂੰ MLAs ਦਾ ਮਿਲਿਆ, ਉਹ
ਤਾਂ ਪਹਿਲਾਂ ਹੀ ਪਰੇਸ਼ਾਨ ਸੀਗੇ ਮਹਾਰਾਜਾ ਸਾਹਿਬ ਤੋਂ, ਲੇਕਿਨ ਜਿਹੜੇ ਮਹਾਰਾਜਾ ਸਾਹਿਬ ਦੇ ਨਾਲ ਚੱਲਦੇ ਸੀਗੇ ਉਹ ਵੀ ਪਰੇਸ਼ਾਨ ਨੇ ਕਿ ਸਾਨੂੰ ਮਹਾਰਾਜਾ ਸਾਹਿਬ ਟਾਈਮ ਨਹੀਂ ਦੇ ਰਹੇ। ਮਹਾਰਾਜਾ ਸਾਹਿਬ ਟਾਈਮ ਕਿਵੇਂ ਦੇਣ, 540 ਕਰੋੜ ਤਾਂ ਬੈਂਕ 'ਚ ਪਿਆ, ਕੋਈ 100 ਕਰੋੜ ਮੰਗੂ, ਕੋਈ 200 ਕਰੋੜ ਮੰਗੂ, ਕਿਉਂਕਿ ਜਿਹੜੇ MLA ਨੇ ਵਾਅਦੇ ਕੀਤੇ ਆਪਣੇ ਹਲਕੇ ਦੇ ਵਿੱਚ ਉਹ ਕਿਵੇਂ ਪੂਰੇ ਹੋਣਗੇ। ਤਾਂ ਕਹਿਣ ਦਾ ਭਾਵ ਹੈ ਕਿ ਮਾਝੇ ਤੋਂ ਲੈ ਕੇ ਦੁਆਬੇ ਤੋਂ ਲੈ ਕੇ ਹਰ ਖੇਤਰ ਦੇ ਵਿੱਚ ਜਿਹੜਾ ਇਸ ਟਾਈਮ ਹਾਲ ਫਿਲਹਾਲ ਦੇ ਵਿੱਚ ਇੱਕ ਹੀ ਗੂੰਜ ਹੈਗੀ ਹੈ ਕਿ ਮਹਾਰਾਜਾ ਸਾਹਿਬ ਜਵਾਬ ਦਿਓ। ਜਦ ਇਸ ਖਬਰ ਨੂੰ ਸੱਤ ਸਮੁੰਦਰ ਪਾਰ ਅਸੀਂ ਇਸ ਮੰਚ ਦੇ ਵਿੱਚ ਰੱਖਿਆ ਤਾਂ ਕਈ ਸਾਰੇ ਸਵਾਲ ਜਿਹੜੇ ਨੇ ਉਹ ਬਕਾਇਦਾ ਇਜਲਾਸ ਦੇ ਵਿੱਚ ਮਹਾਰਾਜਾ ਸਾਹਿਬ ਨੂੰ ਪੁੱਛੇ ਗਏ ਵਿਰੋਧੀ ਧਿਰ ਵੱਲੋਂ ਔਰ ਖੁਦ ਉਹਨਾਂ ਦੇ ਆਪ ਵਿਧਾਇਕਾਂ ਵੱਲੋਂ। ਅਤੇ ਮਹਾਰਾਜਾ ਸਾਹਿਬ ਨੇ ਕਿਹਾ ਕਿ ਅਸੀਂ ਬਹੁਤ ਜਲਦ ਇਨਵੈਸਟਿੰਗ ਪ੍ਰੋਗਰਾਮ ਇੱਕ ਲੈ ਕੇ ਆਵਾਂਗੇ ਜੋ ਕਿ ਸ਼ੁਰੂ ਵੀ ਹੋ ਚੁੱਕਿਆ। ਇਨਵੈਸਟਿੰਗ ਪੰਜਾਬ ਪ੍ਰੋਗਰਾਮ ਦਾ ਅੱਜ ਪਹਿਲਾ ਦਿਨ ਸੀਗਾ, ਉਹਦਾ ਆਗਾਜ਼ ਹੋਇਆ। ਕੋਸ਼ਿਸ਼ ਸਾਡੀ ਇਸ ਮੰਚ ਦੇ ਉੱਤੇ ਤੁਹਾਨੂੰ ਇਹ ਦੱਸਣ ਦੀ ਹੈ ਕਿ ਆਪਾਂ ਰੋਡ ਮੈਪ ਕਿਵੇਂ ਕ੍ਰੀਏਟ ਕਰ ਸਕਦੇ ਹਾਂ। ਸਾਨੂੰ ਪਤਾ ਕਿ ਹੁਣ ਪੰਜਾਬ ਦਾ ਖਜ਼ਾਨਾ ਖਾਲੀ ਪਿਆ, ਲੇਕਿਨ ਭਰ ਕਿਵੇਂ ਸਕਦੇ ਹਾਂ? ਇਹ ਘੱਟੋ ਘੱਟ ਜ਼ਿੰਮੇਵਾਰੀ ਸਾਡੀ ਬਣ ਜਾਂਦੀ ਹੈ ਕਿ ਸੱਤ ਸਮੁੰਦਰ ਪਾਰ ਜਿਹੜੇ ਸਾਡੇ ਭਰਾ ਨੇ NRI ਭਰਾ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ, ਕਿਉਂਕਿ ਉਹ ਚਾਹੁੰਦੇ ਹਨ ਕਿ ਉਹ ਭਵਿੱਖ ਪੰਜਾਬ ਨੂੰ ਮਿਲੇ ਜਿਹੜਾ ਉਹਨਾਂ ਨੂੰ ਨਹੀਂ ਮਿਲਿਆ ਸੀਗਾ, ਇਸ ਕਰਕੇ ਇੱਥੇ ਆਉਣਾ ਪਿਆ। ਔਰ ਮੈਂ ਇਹ ਵੀ ਜ਼ਰੂਰ ਕਹਾਂਗਾ ਕਿ ਅੱਜ ਉਹ ਮਾਵਾਂ ਦੇ ਪੁੱਤ ਵੀ ਸੱਤ ਸਮੁੰਦਰ ਪਾਰ ਇਸ ਕਰਕੇ ਆ ਰਹੇ ਨੇ, ਪੰਜਾਬ ਨੂੰ ਖਾਲੀ ਕਰ ਰਹੇ ਨੇ, ਕਿਉਂਕਿ ਉੱਥੇ ਕੁਝ ਬਚਿਆ ਹੀ ਨਹੀਂ ਅਤੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਜਾ ਚੁੱਕੀ, ਉਹਨਾਂ ਦੇ ਜ਼ਹਿਨ ਦੇ ਵਿੱਚ ਇਹ ਗੱਲ ਹੁਣ ਬਿਲਕੁਲ ਅੰਦਰ ਤੱਕ ਵੜ ਚੁੱਕੀ ਹੈ ਕਿ ਪੰਜਾਬ ਸਾਡਾ ਖਾਲੀ ਹੋ ਚੁੱਕਿਆ, ਇਸ ਕਰਕੇ ਅਸੀਂ ਵੀ ਇੱਥੋਂ ਦੀ ਖਾਲੀ ਕਰਕੇ ਆਪਣੇ ਆਪ ਨੂੰ ਸਿਕਿਓਰ ਕਰੀਏ। ਔਰ ਕਿਉਂ ਨਾ ਕਰੀਏ, ਜੇ ਤੁਸੀਂ ਇੱਥੇ ਆਏ ਹੋ, ਅਸੀਂ ਇੱਥੇ ਆਏ ਹਾਂ ਆਪਣੇ ਆਪ ਨੂੰ ਸਿਕਿਓਰ ਕਰਨ ਲਈ ਆਇਆ, ਤਾਂ ਕਿਵੇਂ ਮਹਾਰਾਜਾ ਸਾਹਿਬ ਪੰਜਾਬ ਦੇ ਵਿੱਚ ਵਸਦੇ ਹੁਣ ਵਸਨੀਕਾਂ ਨੂੰ ਸਿਕਿਓਰ ਕਰ ਸਕਦੇ ਹਨ? ਇਹ ਜਵਾਬਦੇਹੀ ਜਿਹੜੀ ਹੈਗੀ ਹੈ ਇਹ ਮਹਾਰਾਜਾ ਸਾਹਿਬ ਦੀ ਜ਼ਰੂਰ ਬਣਦੀ ਹੈ। ਅੱਜ ਇਨਵੈਸਟਿੰਗ ਪੰਜਾਬ ਜਦ ਪ੍ਰੋਗਰਾਮ ਹੋਇਆ ਉਹਦੇ ਵਿੱਚ ਕਈ ਸਾਰੇ ਜਿਹੜੇ ਵਪਾਰੀ ਹਨ ਵੱਖ ਵੱਖ ਸਟੇਟਾਂ ਤੋਂ, ਲੁਧਿਆਣੇ ਤੋਂ, ਗੋਬਿੰਦਗੜ੍ਹ ਤੋਂ ਔਰ ਕਈ ਸਾਰੀ ਹੋਰ ਸਟੇਟਾਂ ਤੋਂ ਜਿਹੜੇ ਵਪਾਰੀ ਨੇ ਇਸ ਇਨਵੈਸਟਿੰਗ ਪੰਜਾਬ ਪ੍ਰੋਗਰਾਮ ਦੇ ਵਿੱਚ ਪਹੁੰਚੇ, ਜਿੱਥੇ ਮਹਾਰਾਜਾ ਸਾਹਿਬ ਨੂੰ ਕਈ ਸਾਰੇ ਸਵਾਲ ਕੀਤੇ ਗਏ। ਜਦ ਪੱਤਰਕਾਰਾਂ ਵੱਲੋਂ ਸਵਾਲ ਕੀਤੇ ਗਏ ਤਾਂ ਕਿਸ ਤਰੀਕੇ ਨਾਲ ਮਹਾਰਾਜਾ ਸਾਹਿਬ ਨੇ ਜਵਾਬ ਦਿੱਤੇ ਉਹ ਵੀ ਅਸੀਂ ਇੱਕ ਵਾਰੀ ਵੇਖ ਲੈਂਦੇ ਹਾਂ। Which is the second line, and behind us is stands the army, and we are very strong in Punjab, so they won't mess around with us, that I can assure you. And when they did try, they've had to face it. We told those modules, lay down your arms or get shot, and we acted that way, and we continue to act that way. So your message to Pakistan in Punjabi would be? Ahi gal, bande bado nahi ta phir assi baithe ho rahe assi baithe. I think Imran would like peace, but you know the shots have always been called by the army in Pakistan, now of course the army is having a little mess around of its own with this chief Siri appointment, but it depends really what the army wants. Now after all, even if the army tries to dominate, how do they feed their country? Sometimes excesses take place, but very few. We're careful on that score. So by the next elections, you say it'd be relatively drug-free, Punjab? No, I don't think the world can ever be drug-free, but I think it'll certainly be well under control. Under control. So ਤੁਸੀਂ ਵੇਖਿਆ ਕੈਪਟਨ ਅਮਰਿੰਦਰ ਸਿੰਘ ਨੂੰ ਜਦ ਸਵਾਲ ਕੀਤੇ ਗਏ, ਅਤੇ ਅੱਜ ਇਸ ਮੁੱਦੇ ਦੇ ਉੱਤੇ ਮੇਰੇ ਨਾਲ ਸਪੈਸ਼ਲ ਗੈਸਟ ਵੀ ਇੰਡੀਆ ਤੋਂ ਜੁੜਨਗੇ। ਮੇਰੇ ਨਾਲ ਆਕਾਸ਼ ਜਿੰਦਲ ਜੋ ਕਿ ਮਾਹਿਰ ਹਨ ਅਰਥ ਸ਼ਾਸਤਰ ਦੇ, ਇਕੋਨਮੀ ਦੇ ਔਰ ਇਕੋਨਮਿਸਟ ਹਨ ਔਰ ਬਹੁਤ ਵਧੀਆ ਤਰੀਕੇ ਨਾਲ ਉਹ ਫਿਗਰ ਐਂਡ ਫੈਕਟਸ ਰੱਖਦੇ ਹਨ ਕਿ ਕਿਵੇਂ ਅਸੀਂ ਪੰਜਾਬ ਨੂੰ ਹਜੇ ਵੀ ਬਚਾ ਸਕਦੇ ਹਾਂ ਔਰ ਕਿਵੇਂ ਪੰਜਾਬ ਨੂੰ ਸਿਕਿਓਰ ਕੀਤਾ ਜਾ ਸਕਦਾ। ਤਾਂ ਮੈਂ ਇੱਕ ਵਾਰੀ ਟੈਕਨੀਕਲ ਟੀਮ ਨੂੰ ਦਰਖਾਸਤ ਕਰਾਂਗਾ ਕਿ ਉਹਨਾਂ ਨੂੰ TV ਸਕਰੀਨ ਦੇ ਉੱਤੇ ਲੈ ਕੇ ਆਇਆ ਜਾਵੇ ਤਾਂ ਕਿ ਅਸੀਂ ਉਹਨਾਂ ਦੇ ਵੀ ਵਿਚਾਰ ਜਿਹੜੇ ਨੇ ਉਹ ਸੁਣ ਸਕੀਏ ਔਰ ਉਹਨਾਂ ਨੂੰ ਵੀ ਅਸੀਂ ਇੱਕ ਵਾਰੀ ਜ਼ਰੂਰ ਤਾਰੁਫ ਕਰਾ ਦਈਏ। ਆਕਾਸ਼ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਨੌਰਥ ਅਮਰੀਕਾ 'ਚ ਵੱਸ ਰਹੇ ਮੇਰੇ ਵੀਰਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਨਮਸਕਾਰ। ਪਲੀਜ਼ ਸਟਾਰਟ। ਆਕਾਸ਼ ਜੀ, ਮੈਂ ਸਵਾਲ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ। ਸਭ ਤੋਂ ਪਹਿਲਾਂ ਆਪਾਂ ਇੱਕ ਵਾਰੀ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਇਸ ਮੰਚ ਦੇ ਉੱਤੇ, 540 ਕਰੋੜ ਰੁਪਏ ਦੇ ਕਰੀਬ ਜਿਹੜਾ ਉਹ ਖਜ਼ਾਨੇ 'ਚ ਪਿਆ ਹੋਇਆ, 35,000 ਕਰੋੜ ਦੇ ਲਗਭਗ ਜਿਹੜੀ ਦੇਣਦਾਰੀ ਹੈ ਔਰ ਕਈ ਹਜ਼ਾਰਾਂ ਕਰੋੜਾਂ ਦੇ ਉੱਤੇ ਕਰਜ਼ਾ ਹੈਗਾ, 4700 ਕਰੋੜ ਦਾ ਜਿਹੜਾ ਹੈਗਾ ਉਹ ਲਗਭਗ ਇੰਟਰਸਟ ਬਣਦਾ, 2,13,000 ਦਾ ਕਰਜ਼ਾ ਹੈਗਾ। ਇਹ ਫਿਗਰ ਜਿਹੜੀ ਹੈ ਉਹ ਖਜ਼ਾਨੇ ਦੇ ਵਿੱਚ ਜਿਹੜਾ ਇਸ ਟਾਈਮ ਰੁਪਿਆ ਪਿਆ ਹੋਇਆ ਇਹਦੇ ਨਾਲ ਮੈਚ ਨਹੀਂ ਕਰਦੀਆਂ, ਕੀ ਇਹ ਪੂਰੀ ਹੋਣ ਪਾਣਗੀਆਂ? ਦੇਖੋ,
ਸਪੀਕ ਦੇ ਵਿੱਚ ਇੱਕ ਚੀਜ਼ ਕਲੀਅਰ ਹੈ, ਵਨ ਥਿੰਗ ਵੀ ਹੈਵ ਟੂ ਅੰਡਰਸਟੈਂਡ ਐਂਡ ਐਕਸੈਪਟ ਐਂਡ ਡਾਈਜੈਸਟ ਕਿ ਸਾਡਾ ਪੰਜਾਬ ਅੱਜ ਦੀ ਤਰੀਕ ਦੇ ਵਿੱਚ ਡੈਟ ਦੇ ਉੱਪਰ ਹੈ, ਬਹੁਤ ਜ਼ਿਆਦਾ ਹਾਈ ਡੈਟ ਅੱਜ ਪੰਜਾਬ ਦੇ ਉੱਪਰ ਹੈ, ਅਤੇ ਅੱਜ ਇੰਟਰਸਟ ਸਰਵਿਸਿੰਗ ਵੀ ਪੰਜਾਬ ਵਾਸਤੇ ਇੱਕ ਕੁਐਸਚਨ ਮਾਰਕ ਬਣਿਆ ਹੋਇਆ ਹੈ, ਅਤੇ ਹਰ ਤਰ੍ਹਾਂ ਦੇ ਐਕਸਪੈਂਡੀਚਰ ਵਾਸਤੇ ਦਿੱਕਤ ਜਿਹੜੀ ਹੈ ਕੁਛ ਹੱਦ ਤੱਕ ਸਾਨੂੰ ਦਿਖ ਰਹੀ ਹੈ। ਤਾਂ ਇਸ ਟਾਈਮ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਦੈਟ ਦ ਸਟੇਟ ਆਫ ਪੰਜਾਬ, ਮਾਏ ਪੰਜਾਬ, ਯੋਰ ਪੰਜਾਬ, ਇਟ ਗੈਟਸ ਅਪ, ਇਟ ਐਕਟ ਟੂਗੈਦਰ, ਔਰ ਅੱਜ ਦੀ ਤਰੀਕ ਦੇ ਵਿੱਚ ਫਾਈਨੈਂਸ਼ੀਅਲ ਇਸ ਤਰੀਕੇ ਨਾਲ ਔਰਗਨਾਈਜ਼ ਕੀਤਾ ਜਾਵੇ ਕਿ ਸਟੇਟ ਦੁਬਾਰਾ ਤੋਂ ਉਹ ਜਿਹੜਾ ਸੁਨਹਿਰਾ ਸਮਾਂ ਸੀ ਸਟੇਟ ਦਾ, ਵੀ ਸ਼ੁਡਨਟ ਫੋਰਗੈਟ, ਉਸ ਸਮੇਂ ਜਦੋਂ ਜੀ ਡੀ ਪੀ ਦੇ ਵਿੱਚ ਪੰਜਾਬ ਟੋਪ ਸਟੇਟ ਦੇ ਵਿੱਚ ਹੁੰਦੀ ਸੀ, ਜੀ ਐਸ ਡੀ ਪੀ ਦੇ ਵਿੱਚ, ਪਰ ਕੈਪੀਟਾ ਇਨਕਮ ਦੇ ਵਿੱਚ, ਅੱਜ ਪਰ ਕੈਪੀਟਾ ਇਨਕਮ ਦੇ ਵਿੱਚ ਵੀ ਪੰਜਾਬ ਬਹੁਤ ਪਿੱਛੇ ਆ ਗਈ, ਅਤੇ ਇਸ ਸਮੇਂ ਜਿਹੜਾ ਹੈ ਡੈਟ ਨੂੰ ਰਿਡਿਊਸ ਕਰਨਾ, ਔਰ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ, ਸਟੇਟ ਦੀ ਇਨਕਮ ਜਿਹੜੀ ਹੈ ਉਹ ਵਧਾਉਣਾ। ਮੈਂ ਪੰਜਾਬ ਦੇ ਕਈ ਪੋਲੀਟੀਸ਼ੀਅਨ ਨਾਲ ਸ਼ੋਅ ਕੀਤੇ ਆ ਅਗਰ ਚੈਨਲ 'ਤੇ, ਸਭ ਜਗ੍ਹਾ ਇਹ ਆ ਰਿਹਾ ਸੀ ਕਿ ਇੱਥੇ ਡਿਮਾਂਡ ਹੈ, ਇੱਥੇ ਡਿਮਾਂਡ ਹੈ। ਆਈ ਰਿਸਪੈਕਟ ਦੈਟ, ਹਰ ਹਲਕੇ ਦੀ, ਹਰ ਕੋਨਸਟੀਚੁਐਂਸੀ ਦੀ ਕੋਈ ਡਿਮਾਂਡ ਹੋਵੇਗੀ, ਐਂਡ ਆਈ ਹੈਵ ਰਿਸਪੈਕਟ ਫੋਰ ਦੈਟ। ਬਟ ਜਿਹੜੀ ਸਭ ਤੋਂ ਵੱਡਾ ਇਸ਼ੂ ਲੱਗ ਰਿਹਾ ਹੈ, ਮੈਂ ਪੋਲੀਟੀਸ਼ੀਅਨ ਨੂੰ ਰਿਕੁਐਸਟ ਕੀਤੀ ਆ ਅਗਰ ਚੈਨਲਸ 'ਤੇ ਕਿ ਠੀਕ ਹੈ, ਐਕਸਪੈਂਡੀਚਰ ਇਜ਼ ਵੈਰੀ ਇੰਪੋਰਟੈਂਟ, ਪੰਜਾਬ ਅਰਨ ਮਨੀ, ਫੋਰ ਐਵਰੀ ਐਕਸਪੈਂਡੀਚਰ ਵੀ ਨੀਡ ਇਨਕਮ। ਅਸੀਂ ਆਪਣੇ ਘਰ ਦਾ ਬਜਟ ਵੀ ਬਣਾਉਂਦੇ ਹਾਂ, ਖਰਚੇਗੀ, ਦੈਟ ਇਜ਼ ਵੈਰੀ ਇੰਪੋਰਟੈਂਟ। ਤਾਂ ਅੱਜ ਪੰਜਾਬ ਵਾਸਤੇ ਬਹੁਤ ਇਹ ਹੈ, ਅਤੇ ਮੇਰੀ ਰਿਕੁਐਸਟ ਹੈ ਤੁਹਾਡੇ ਪਲੇਟਫਾਰਮ ਤੋਂ ਵੀ ਕਿ ਇਹ ਚੀਜ਼ ਦੇਖੀ ਜਾਵੇ ਕਿ ਹਾਊ ਕੈਨ ਪੰਜਾਬ ਅਰਨ ਮੋਰ ਮਨੀ, ਕਿਸ ਤਰੀਕੇ ਨਾਲ ਪੰਜਾਬ ਜਿਹੜਾ ਹੈ ਇੱਕ ਸਰਪਲਸ ਸਟੇਟ ਬਣ ਸਕੇ, ਕਮਾਈ ਹੋ ਸਕੇ, ਕਮਾਈ ਹੋਏਗੀ ਤਾਂ ਹਰ ਤਰ੍ਹਾਂ ਦੇ ਖਰਚੇ ਮੀਟ ਹੋ ਜਾਣਗੇ, ਉਸ ਦੇ ਨਾਲ ਡੈਟ ਵੀ ਰਿਡਿਊਸ ਹੋ ਜਾਏਗਾ, ਡੈਟ ਦੀ ਸਰਵਿਸ ਵੀ ਹੋ ਜਾਏਗੀ। ਤਾਂ ਆਈ ਥਿੰਕ ਸਾਨੂੰ ਜਿਹੜਾ ਆਪਣਾ ਟਾਰਗੇਟ ਜਿਹੜਾ ਹੈ ਉਹ ਰੱਖਣਾ ਪਏਗਾ ਟੂ ਇਨਕਰੀਜ਼ ਇਨਕਮ ਆਫ ਪੰਜਾਬ, ਉਹਦੇ ਬਾਅਦ ਹਰ ਤਰ੍ਹਾਂ ਦਾ ਵੈਲਫੇਅਰ ਅਸੀਂ ਕਰ ਸਕਦੇ। ਬਿਲਕੁਲ ਆਕਾਸ਼ ਜੀ, ਮੈਂ ਉਹਨਾਂ ਫਿਗਰ ਐਂਡ ਫੈਕਟਸ ਜੋ ਕਿ ਅਸੀਂ ਪਬਲਿਕ ਦੇ ਸਾਹਮਣੇ ਵੀ ਰੱਖੀ, ਆਪਣੇ ਦਰਸ਼ਕਾਂ ਦੇ ਸਾਹਮਣੇ ਵੀ ਰੱਖੀ ਆ, ਉਹਦੇ ਉੱਤੇ ਵੀ ਆਵਾਂਗਾ। ਮੈਂ ਇਹ ਵੀ ਸਵਾਲ ਤੁਹਾਡੇ ਤੋਂ ਜ਼ਰੂਰ ਲਵਾਂਗਾ ਕਿ ਕਿਵੇਂ ਅਸੀਂ ਪੰਜਾਬ ਦੇ ਵਿੱਚ ਰੈਵਨਿਊ ਜਿਹੜਾ ਜਨਰੇਟ ਕਰ ਸਕਦੇ ਹਾਂ, ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਉਹ ਹਜੇ ਵੀ ਪੰਜਾਬ ਨੂੰ ਚਾਹੀਦੀਆਂ ਹਨ ਜੋ ਕਿ ਸਰਕਾਰਾਂ ਨਹੀਂ ਲਿਆ ਪਾ ਰਹੀਆਂ ਹਨ, ਔਰ ਕਿਵੇਂ ਫੋਰਨ ਡਾਇਰੈਕਟ ਇਨਵੈਸਟਮੈਂਟ ਦੀ ਗੱਲ ਜਿਵੇਂ ਕੀਤੀ ਜਾ ਰਹੀ ਹੈ, ਵਿਦੇਸ਼ੀ ਨਿਵੇਸ਼ਕਾਂ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਕਿ ਵਿਦੇਸ਼ ਦੇ ਵਿੱਚ ਵੱਸਦੇ ਜਿਹੜੇ ਸਾਡੇ ਭਰਾ ਨੇ ਉਹ ਕਿਵੇਂ ਨਿਵੇਸ਼ ਕਰ ਸਕਦੇ ਹਨ, ਕਿੱਥੇ ਨਿਵੇਸ਼ ਕਰ ਸਕਦੇ ਹਨ, ਕਿਉਂਕਿ ਇਹ ਸਵਾਲ ਵੱਡਾ ਬਣਦਾ। ਅੱਜ ਜਿਹੜੇ ਵਿਊਰ ਸਾਰੂ ਦੇਖ ਰਹੇ ਹਨ, ਉਹਨਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਹਜੇ ਵੀ ਪੰਜਾਬ ਦੇ ਵਿੱਚ ਕੀ ਕ੍ਰੈਡੀਬਿਲਿਟੀ ਹੈ ਕਿ ਅਸੀਂ ਵਿਸ਼ਵਾਸ ਕਰਕੇ ਪੰਜਾਬ ਦੇ ਵਿੱਚ ਨਿਵੇਸ਼ ਕਰ ਸਕਦੇ ਹਾਂ, ਔਰ ਕਿੱਥੇ ਕਰ ਸਕਦੇ ਹਾਂ, ਵੱਡਾ ਸਵਾਲ ਹੈ। ਲਵਾਂਗਾ ਇਸ ਸਵਾਲ ਦਾ ਜਵਾਬ ਵੀ, ਇਹੀ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲ ਪੰਜਾਬ ਦੇ ਇਕੋਨਮੀ ਦੀ ਕਰ ਰਹੇ ਸੀਗੇ, ਅਤੇ ਕਈ ਸਾਰੇ ਸਵਾਲ ਜਿਹੜੇ ਨੇ ਉਹ ਜ਼ਿਹਨ ਦੇ ਵਿੱਚ ਬਣਦੇ ਹਨ। ਪਹਿਲਾਂ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਕਈ ਸਾਰੇ ਜਿਹੜੀ ਪੈਨਸ਼ਨ ਸਕੀਮਾਂ ਸੀਗੀਆਂ ਉਹ ਬੰਦ ਹੋ ਚੁੱਕੀਆਂ ਹਨ। ਬਕਾਇਦਾ ਜਿਹੜਾ ਜੀ ਐਸ ਟੀ ਕੇਂਦਰ ਸਰਕਾਰ ਤੋਂ ਮਿਲਣਾ ਸੀਗਾ ਉਹ ਵੀ ਹਜੇ ਤੱਕ ਰਿਲੀਜ਼ ਨਹੀਂ ਕੀਤਾ ਗਿਆ, ਅਤੇ ਉਹ ਵੀ ਕਈ ਸਾਰੀ ਸਟੇਟਮੈਂਟਾਂ ਅਸੀਂ ਦੇਖ ਚੁੱਕੇ ਹਾਂ ਕਿ ਮੈਂਬਰ ਆਫ ਪਾਰਲੀਮੈਂਟ ਜੋ ਕਿ ਕਾਂਗਰਸ ਨਾਲ ਸੰਬੰਧ ਰੱਖਦੇ ਹਨ, ਉਹਨਾਂ ਨੇ ਕਈ ਵਾਰ ਅਪੀਲ ਵੀ ਕੀਤੀ ਕੇਂਦਰ ਸਰਕਾਰ ਨੂੰ ਕਿ ਜਲਦ ਤੋਂ ਜਲਦ ਜਿਹੜਾ ਜੀ ਐਸ ਟੀ ਹੈ ਉਹ ਰਿਲੀਜ਼ ਕੀਤਾ ਜਾਵੇ। ਉਸ ਤੋਂ ਇਲਾਵਾ ਹਰ ਸਟੇਟ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਕਈ ਨਾ ਕਈ ਪੋਲਿਸੀਜ਼ ਹੁੰਦੀ ਹੈ, ਐਕਸਪੈਂਡੀਚਰ ਦੀ ਤਾਂ ਗੱਲ ਹੁੰਦੀ ਹੈ, ਲੇਕਿਨ ਕਲੈਕਸ਼ਨ ਦੀ ਗੱਲ ਜਿਹੜੀ ਹੈ, ਟੈਕਸੇਸ਼ਨ ਦੀ ਰਿਫੋਰਮਸ ਜਿਹੜੇ ਨੇ ਉਹ ਪਬਲਿਕਲੀ ਨਹੀਂ ਰੱਖੀ ਜਾਂਦੀ, ਉਹਦੇ ਉੱਤੇ ਵਿਚਾਰ ਨਹੀਂ ਕੀਤਾ ਜਾਂਦਾ। ਤਾਂ ਮੈਂ ਕਈ ਸਾਰੇ ਮਿਨਿਸਟਰਸ ਨੂੰ ਬਿਆਨ ਦਿੰਦੇ ਹੋਏ ਤਾਂ ਸੁਣਿਆ ਹੈ, ਲੇਕਿਨ ਟੈਕਸ ਪੋਲਿਸੀਜ਼ ਦੇ ਉੱਤੇ ਆਪਣੇ ਵਿਚਾਰ ਦਿੰਦੇ ਹੋਏ ਕਦੀ ਨਹੀਂ ਸੁਣਿਆ। ਆਕਾਸ਼ ਜੀ, ਆਈ ਐਮ ਰਾਈਟ ਰੋਂਗ ਔਨ ਦਿਸ? ਜੀ ਹਾਂ ਬਿਲਕੁਲ, ਦੇਖੋ ਸਭ ਤੋਂ ਇੰਪੋਰਟੈਂਟ ਚੀਜ਼ ਕੀ ਆ ਜਾਂਦੀ ਹੈ, ਆਈ ਕੈਨ ਅੰਡਰਸਟੈਂਡ ਐਂਡ ਰਿਸਪੈਕਟ ਕਿ ਹਰ ਐਮਐਲਏ ਹਰ ਮਿਨਿਸਟਰ ਵਾਸਤੇ ਆਪਣਾ ਹਲਕਾ, ਆਪਣੀ ਕੰਸਟੀਚੁਐਂਸੀ, ਆਪਣੇ ਲੋਕ ਜ਼ਰੂਰੀ ਨੇ, ਉਹਨਾਂ ਵਾਸਤੇ ਵੈਲਫੇਅਰ ਵਾਸਤੇ, ਗਰੋਥ ਵਾਸਤੇ ਐਕਸਪੈਂਡੀਚਰ ਹੋਣਾ ਹੈ। ਬਟ ਬੇਸਿਕ ਗੱਲ ਇਹ ਆਏਗੀ, ਐਕਸਪੈਂਡੀਚਰ ਉਦੋਂ ਹੀ ਹੋਏਗਾ ਜਦੋਂ ਇਨਕਮ ਹੋਏਗੀ। ਤਾਂ ਪੰਜਾਬ ਸਰਕਾਰ ਕੋਲੋਂ ਵੀ ਮੈਂ ਰਿਕੁਐਸਟ ਕਰਾਂਗਾ ਕਿ ਇੱਕ ਪਲਾਨ ਆਫ ਐਕਸ਼ਨ ਦਿੱਤਾ ਜਾਵੇ, ਕਿਸ ਤਰੀਕੇ ਨਾਲ ਇਨਕਮ ਨੂੰ ਜਿਹੜਾ ਹੈ ਐਨਹੈਂਸ ਕੀਤਾ ਜਾਵੇਗਾ, ਇੱਕ ਸਟੇਟਮੈਂਟ ਦਿੱਤੀ ਜਾਵੇ, ਪੂਰਾ ਇੱਕ ਖਾਕਾ, ਰੋਡ ਮੈਪ, ਬਲੂ ਪ੍ਰਿੰਟ ਦਿੱਤਾ ਜਾਵੇ ਕਿ ਕਿਸ ਤਰੀਕੇ ਨਾਲ ਇਨਕਮ ਵੁੱਡ ਬੀ ਇਨਕਰੀਜ਼ਡ। ਬਿਕੋਜ਼ ਇਨਕਮ ਇਨਕਰੀਜ਼ ਹੋਏਗੀ ਤਾਂ ਸਾਡੇ ਕਿਸਾਨ ਭਰਾਵਾਂ ਵਾਸਤੇ ਵੀ ਜਿਹੜਾ ਹੈ ਵੈਲਫੇਅਰ ਦੀਆਂ ਸਕੀਮਾਂ ਚੱਲ ਸਕਦੀਆਂ, ਇਲੈਕਟ੍ਰਿਸਿਟੀ ਦਾ ਇਸ਼ੂ ਹੈ ਉਹ ਵੀ ਟੈਕਲ ਹੋ ਸਕਦਾ ਹੈ, ਹੋਰ ਕਈ ਚੀਜ਼ਾਂ ਨੇ ਦੈਟ ਕੈਨ ਬੀ ਟੈਕਲਡ। ਤਾਂ ਇਸ ਲਈ ਮੇਨ ਚੀਜ਼ ਇਹ ਹੈ, ਹਾਊ ਕੈਨ ਵੀ ਅਰਨ ਮੋਰ ਮਨੀ, ਹਾਊ ਕੈਨ ਵੀ ਹੈਵ ਮੋਰ ਇਨਵੈਸਟਰਸ ਇਨ ਟੂ ਪੰਜਾਬ। ਪੰਜਾਬ ਦੇ ਵਿੱਚ ਇੰਨੀਆਂ ਸਟਰੈਂਥਸ ਹੈ ਜਿਹਨਾਂ ਨੂੰ ਅਸੀਂ ਐਕਸਪਲੋਇਟ ਕਰ ਸਕਦੇ ਹਾਂ, ਜਿਹਨਾਂ ਦਾ ਅਸੀਂ ਫਾਇਦਾ ਚੱਕ ਸਕਦੇ ਹਾਂ। ਆਈ ਹੈਵ ਬੀਨ ਰਿਕੁਐਸਟਿੰਗ ਮਿਨਿਸਟਰਸ ਆਫ ਪੰਜਾਬ, ਅਤੇ ਮੈਂ ਸਿਰਫ ਇਸ ਸਰਕਾਰ ਦੀ ਗੱਲ ਨਹੀਂ ਕਰ ਰਿਹਾ, ਅਕਾਲੀ ਦਾ ਜਿਹੜਾ ਹੈ, ਅਕਾਲੀ ਦਲ ਦਾ ਜਦੋਂ ਸ਼ਾਸਨ ਸੀਗਾ ਪਲੱਸ ਕਾਂਗਰਸ ਦਾ, ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਵਿੱਚ ਬਹੁਤ ਇਹੋ ਜਿਹੀਆਂ ਓਪਰਚੁਨਿਟੀਜ਼ ਆ ਜਿਹੜੀਆਂ ਅਸੀਂ ਯੂਟੀਲਾਈਜ਼ ਕਰ ਸਕਦੇ ਹਾਂ, ਸਾਨੂੰ ਕਰਨੇ ਚਾਹੀਦੇ ਹੈ।
एग्जाम्पल देवा, अज दिल्ली के नाल गुड़गांव है बीपी आईटीओ दे विच, बीपीओ ते आईटीओ दे आईटी दे विच जिहड़ा है गुड़गांव की पूरी वैल्यू है यूएस दे विच, नॉर्थ अमेरिका च बैठे मेरे भरा जानते ने किस तरीके नाल नॉर्थ अमेरिका दियां यूएस दियां कंपनीज उन्हें यूटिलाइज करनी है। हुण पंजाब दे विच चंडीगढ़ दे नाल मोहाली है विच हैज गॉट ह्यूज इंग्लिश स्पीकिंग पॉपुलेशन, वह बीपीओ ते आईटी दे हिसाब नाल बहुत डिवेलप हो सकता सी, बट उस तरह का काम जिहड़ा है नहीं किया गया जिहड़ा होना चाहिए सी। ਸਾਡੇ ਐਨ ਆਰ ਆਈ ਭਰਾ ਜਿਹੜੇ ਕਾਫੀ ਦੇਰ ਤੋਂ ਪੰਜਾਬ ਨਹੀਂ ਆਏ ਹੋਣਗੇ ਜਾਂ ਇੰਡੀਆ ਦੇ ਨਾਲ ਜਿਹੜਾ ਹੈ ਵੈਲ ਅਲਾਈਨ ਨਹੀਂ ਹੋਣਗੇ, ਉਹ ਸ਼ਾਇਦ ਇਹ ਇੰਪ੍ਰੈਸ਼ਨ ਲੈ ਕੇ ਬੈਠੇ ਹੋਣਗੇ ਕਿ ਪੰਜਾਬ ਇਜ਼ ਸਟਿਲ ਲੈਂਡ ਲੋਕਡ ਪਲੇਸ, ਉੱਥੇ ਇੰਡਸਟਰੀ ਉਸ ਤਰੀਕੇ ਨਾਲ ਨਹੀਂ ਆਏਗੀ। ਤਾਂ ਉਹਨਾਂ ਭਰਾਵਾਂ ਨੂੰ ਜਿਹੜੇ ਯੂ ਐਸ ਬੈਠੇ ਹੈ, ਵਾਸ਼ਿੰਗਟਨ ਡੀ ਸੀ, ਨਿਊਯਾਰਕ ਬੈਠੇ ਜਾਂ ਟੋਰੰਟੋ 'ਚ ਬੈਠੇ ਹੈ, ਉਹਨਾਂ ਨੂੰ ਦੱਸ ਦੇਵਾਂ ਨਾਓ ਵੀ ਆਰ ਨੋਟ ਅ ਲੈਂਡ ਲੋਕਡ ਸਟੇਟ ਐਨੀ ਮੋਰ। ਇਹ ਨਹੀਂ ਕਿ ਅਸੀਂ ਸਮੁੰਦਰ ਦੇ ਨਾਲ ਪਹੁੰਚ ਗਏ ਹਾਂ, ਬਟ ਹੋਇਆ ਕੀ ਹੈ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਬਹੁਤ ਜ਼ਬਰਦਸਤ ਡਿਵੈਲਪ ਹੋਇਆ ਹੈ। ਡੀ ਐਮ ਆਈ ਸੀ ਦਿੱਲੀ ਮੁੰਬਈ ਇੰਡਸਟਰੀਅਲ ਕੋਰੀਡੋਰ ਹੋਣ ਕਰਕੇ ਜਿਹੜਾ ਕਿ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਪੰਜਾਬ ਇੱਕ ਤਰੀਕੇ ਨਾਲ ਪੋਰਟ ਦੇ ਬਹੁਤ ਕਰੀਬ ਆ ਗਿਆ। ਤਾਂ ਹੁਣ ਸਾਡੇ ਵਾਸਤੇ ਐਕਸਪੋਰਟ ਕਰਨਾ ਗੁੱਡਸ ਦਾ, ਇੰਪੋਰਟ ਕਰਨਾ ਰੋ ਮਟੀਰੀਅਲ ਦਾ ਕੋਈ ਦਿੱਕਤ ਨਹੀਂ ਰਹੇ। ਪਲੱਸ ਪੰਜਾਬ ਵਰਗੀ ਟੋਪੋਗ੍ਰਾਫੀ ਹਿੰਦੁਸਤਾਨ ਦੇ ਵਿੱਚ ਬਹੁਤ ਰੇਅਰ ਜਗ੍ਹਾ 'ਤੇ ਹੈ, ਵਾਟਰ ਅਵੇਲੇਬਿਲਟੀ ਬਹੁਤ ਜਗ੍ਹਾ, ਸਾਡਾ ਤਾਂ ਨਾਮ ਹੀ ਪੰਜ ਆਬ ਹੈ। ਤਾਂ ਪੰਜਾਬ ਦੇ ਵਿੱਚ ਵੀ ਆਲ ਨੋ ਆਰ ਯੂਥ ਇਜ਼ ਵੈਰੀ ਇੰਟਰ, ਸਾਡੇ ਕੋਲ ਕਈ ਇਹੋ ਜਿਹੀਆਂ ਸਕਿੱਲਸ ਹੈ ਜਿਨ੍ਹਾਂ ਨੂੰ ਅਸੀਂ ਡਿਵੈਲਪ ਕਰ ਸਕਦੇ ਹਾਂ। ਤਾਂ ਸਾਡਾ ਟਾਰਗੇਟ ਇਹ ਹੋਣਾ ਚਾਹੀਦਾ, ਚਾਹੇ ਪੰਜਾਬ ਦੀ ਜਨਤਾ ਦਾ, ਚਾਹੇ ਪੰਜਾਬ ਸਰਕਾਰ ਦਾ, ਚਾਹੇ ਨੌਰਥ ਅਮੈਰੀਕਾ 'ਚ ਦੇਖਣ ਵਾਲੇ ਮੇਰੇ ਭਰਾਵਾਂ ਦਾ, ਕਿ ਪੰਜਾਬ ਦੀ ਇਨਕਮ ਐਨਹੈਂਸਮੈਂਟ ਕਿਵੇਂ ਕਰੀਏ। ਸਾਰੀ ਜਿਹੜੀ ਕਹਿੰਦੇ ਸਾਰੀ ਮੁਸੀਬਤਾਂ ਦੀ ਸੋਲਿਊਸ਼ਨ, ਸਾਰੇ ਜਿਹੜੇ ਹੈ ਤਾਲਿਆਂ ਦੀ ਇੱਕੋ ਹੀ ਚਾਬੀ ਹੈ, ਇਨਕਮ ਐਨਹੈਂਸਮੈਂਟ ਆਫ ਪੰਜਾਬ, ਦੈਟ ਇਜ਼ ਸਮਥਿੰਗ। ਆਕਾਸ਼ ਜੀ, ਵੈਨ ਵੀ ਟਾਕ ਅਬਾਊਟ ਇਨਕਮ ਐਨਹੈਂਸਮੈਂਟ ਆਫ ਪੰਜਾਬ, ਕਮ ਵਾਟ ਮੀ, what kind of capabilities we have down there in Punjab, Punjab de vich kehdi kehdi tonu lagdi hai ki agar eh gal ho jave ya eh Punjab capable hai ga inna gallan layi, so we can create a new Punjab or new model for Punjab, and we can convince or even we can get convinced that we really want to invest money in Punjab. A very important question. Now this is for my all my NRI brothers who are watching in US or Canada. Yes, Punjab has got lots and lots of capabilities. Firstly, our topography is such that for any sort of industry, we are best suited. Now, since because of high quality infrastructure, saadi connectivity port de naal bahut kareeb ho gayi hai, we are almost close to the port. Ta isi saade vaste import export karna koi dikkat nahi hai. Talented manpower, Punjab de vich koi kami nahi hai. Punjabi kinne enterprise hunde hai, we all know. ਅਸੀਂ ਉਹ ਲੋਕ ਆ ਜਿਹੜੇ 14-14, 16-16 ਘੰਟੇ ਕੰਮ ਕਰ ਸਕਦੇ ਹਾਂ। ਨਾਓ ਵੀ ਹੈਵ ਲੋਟਸ ਆਫ ਇੰਜੀਨੀਅਰਸ, ਐਮ ਬੀ ਏਸ, ਜਿਹਨਾਂ ਦਾ ਟੇਲੈਂਟ ਅਸੀਂ ਯੂਜ਼ ਕਰ ਸਕਦੇ ਹਾਂ। ਪਲੱਸ ਵਾਟਰ ਦੀ ਜਿਹੜੀ ਹੈ ਅਵੇਲੇਬਿਲਟੀ, ਵਾਟਰ ਅਵੇਲੇਬਿਲਟੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ। ਦੈਨ ਐਜ਼ ਆਈ ਹੈਵ ਆਲਰੇਡੀ ਸੈਡ, ਆਈ ਟੀ ਵਾਸਤੇ, ਬੀ ਪੀ ਓ ਵਾਸਤੇ ਇੰਗਲਿਸ਼ ਸਪੀਕਿੰਗ ਪਾਪੂਲੇਸ਼ਨ ਚੰਡੀਗੜ੍ਹ ਦੇ ਨਾਲ ਮੁਹਾਲੀ ਹੈ, ਉੱਥੇ ਅਸੀਂ ਉਹਨੂੰ ਯੂਜ਼ ਕਰ ਸਕਦੇ ਹਾਂ। ਪੰਜਾਬ ਦੇ ਵਿੱਚ ਹੋਣਾ ਕੀ ਚਾਹੀਦਾ ਹੈ, ਇੱਕ ਤਾਂ ਹਿਊਜ ਇਲੈਕਟ੍ਰਿਕ ਜਨਰੇਸ਼ਨ ਪਲਾਂਟਸ ਵਾਸਤੇ ਪੰਜਾਬ ਬਹੁਤ ਸੂਟ ਕਰਦਾ ਹੈ, ਉਹ ਹੋਣੇ ਚਾਹੀਦੇ ਹੈ। ਦੈਨ ਆਟੋਮੋਬਾਈਲਸ ਵਾਸਤੇ ਪੰਜਾਬ ਬਹੁਤ ਸੂਟ ਕਰਦਾ ਹੈ, ਆਈ ਟੀ ਬੀ ਪੀ ਓ ਵਾਸਤੇ ਬਹੁਤ ਸੂਟ ਕਰਦਾ ਹੈ, ਨਾਲ ਹੀ ਨਾਲ ਸਟੀਲ ਪਲਾਂਟ ਵਾਸਤੇ ਪੰਜਾਬ ਕਾਫੀ ਸੂਟ ਕਰਦਾ ਹੈ। ਅਤੇ ਕਈ ਤਰ੍ਹਾਂ ਦੀਆਂ ਕੈਪੇਬਿਲਿਟੀਜ਼ ਹੈ ਪੰਜਾਬ ਦੀਆਂ ਜਿਹੜੀਆਂ ਅਸੀਂ ਯੂਜ਼ ਕਰ ਸਕਦੇ ਹਾਂ। ਅਤੇ ਇਸ ਲਈ ਮੈਂ ਤਾਂ ਰਾਧਾ ਸਾਡੇ ਐਨ ਆਰ ਆਈ ਭਰਾਵਾਂ ਨੂੰ ਸੱਦਾ ਦੇਣਾ ਚਾਹਾਂਗਾ, ਆਲਰੇਡੀ ਜਿਹੜਾ ਹੈ ਇਨਵੈਸਟਰਸ ਨੂੰ ਬੁਲਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਆਓ, ਕਿਉਂਕਿ ਆਲ ਸੈਡ ਐਂਡ ਡਨ ਅੱਜ ਗੱਲ ਹੋ ਰਹੀ ਹੈ ਕਿ ਇੰਡੀਆ ਦੇ ਵਿੱਚ ਕੁਝ ਸਲੋ ਡਾਊਨ ਹੈ, ਉਹ ਕੰਸਰਨ ਵੀ ਮੈਂ ਐਡਰੈਸ ਕਰਨਾ, ਸ਼ਾਇਦ ਲੋਕਾਂ ਦੇ ਮਨ ਦੇ ਵਿੱਚ ਕੁਝ ਉਹਨੂੰ ਲੈ ਕੇ ਐਪਰੀਹੈਂਸ਼ਨ ਹੋਵੇ। ਅੱਜ ਵੀ ਟੂਡੇ ਆਲਸੋ ਆਰ ਕੰਟਰੀ, ਯੋਰ ਕੰਟਰੀ ਐਂਡ ਮਾਈ 4.5% ਜੀ ਡੀ ਪੀ ਗਰੋਥ ਹੈ, ਜਿਹੜਾ ਕਿ ਜਰਮਨੀ ਵਰਗਾ ਕੰਟਰੀ ਜਿਹਦੇ ਪਿਛਲੇ ਕੁਆਰਟਰ ਦੀ ਜੀ ਡੀ ਪੀ ਗਰੋਥ ਸਿਰਫ 0.1% ਦੇ ਕਰੀਬ ਹੈ, 45 ਟਾਈਮ ਫਾਸਟਰ ਅਸੀਂ ਉਹ ਤੋਂ ਗਰੋ ਕਰ ਰਹੇ ਹਾਂ। ਯੂ ਐਸ ਨਾਲੋਂ ਅਸੀਂ ਫਾਸਟ ਗਰੋ ਕਰ ਰਹੇ ਹਾਂ, ਅਤੇ ਆਉਣ ਵਾਲੇ ਟਾਈਮ ਤਾਂ ਅਸੀਂ 8% ਦਾ ਜੀ ਡੀ ਪੀ ਟਾਰਗੇਟ ਆਪਣੇ ਵਾਸਤੇ ਰੱਖਿਆ ਹੋਇਆ ਹੈ, 5 trillion US ਡਾਲਰ ਦੀ ਇਕੋਨਮੀ ਅਸੀਂ ਪਲਾਨ ਕਰ ਰਹੇ ਹਾਂ। ਜ਼ਾਹਿਰ ਸੀ ਗੱਲ ਹੈ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਵਿਲ ਗਿਵ ਹਾਇਰ ਰਿਟਰਨਸ ਇਨ ਕੰਪੈਰੀਜ਼ਨ ਵਿਦ ਐਨੀ ਅਦਰ ਕੰਟਰੀ, ਤੇ 2027 ਦੇ ਤੱਕ ਉਮੀਦ ਇਹ ਹੈ ਕਿ ਵੀਲ ਬੀ ਦਾ ਥਰਡ ਲਾਰਜੈਸਟ ਇਕੋਨਮੀ। ਖਬਰਾਂ ਇਹ ਵੀ ਸੁਣਨ ਨੂੰ ਮਿਲ ਰਹੀਆਂ ਕਾਸ਼ ਜੀ ਕਿ ਲੁਧਿਆਣਾ ਵਰਗੀ ਜਿਹੜੀ ਉਦਯੋਗ ਹੈ, ਜਿਹੜੇ ਉੱਥੇ ਕੰਮ ਨੇ, ਕਾਰੋਬਾਰ ਨੇ, ਗੋਬਿੰਦਗੜ੍ਹ ਜਿੱਥੇ ਉਦਯੋਗ ਨੇ, ਉਹਨਾਂ ਦਾ ਵੀ ਲੱਕ ਟੁੱਟ ਰਿਹਾ, ਕੀ ਕਾਰਨ ਹੈਗਾ? ਇਹ ਤੁਸੀਂ ਬੜਾ ਰੈਲੀਵੈਂਟ ਪੁਆਇੰਟ ਚੱਕਿਆ, ਗੋਬਿੰਦਗੜ੍ਹ ਇਟ ਵਾਜ਼ ਵੈਰੀ ਡੀਅਰ ਟੂ ਆਲ ਆਫ ਅਸ, ਤਾਂ ਪੰਜਾਬ ਦਾ ਸਟੀਲ ਟਾਊਨ ਮੰਨਿਆ ਜਾਂਦਾ ਸੀਗਾ, ਬਟ ਉਹ ਪੰਜਾਬ ਦਾ ਸਟੀਲ ਟਾਊਨ ਜਿਹੜਾ ਹੈ ਅੱਜ ਤੋਂ 15-20 ਸਾਲ ਪਹਿਲਾਂ ਇਟ ਵਾਜ਼ ਕੰਸੀਡਰਡ ਦਾ ਸਟੀਲ ਸਿਟੀ ਆਫ ਪੰਜਾਬ।
ਅੱਜ ਉੱਥੇ ਉਹ ਚੀਜ਼ ਅਸੀਂ ਨਹੀਂ ਦੇਖ ਰਹੇ। ਲੁਧਿਆਣਾ ਇੰਡਸਟਰੀ ਦਾ ਹੱਬ ਸੀ। ਜਲੰਧਰ ਦੀ ਗੱਲ ਕਰੀਏ, ਸਪੋਰਟਸ ਗੁੱਡ ਵਾਸਤੇ ਜਲੰਧਰ ਦੀ ਇੱਜ਼ਤ ਸਾਰੀ ਦੁਨੀਆ ਦੇ ਵਿੱਚ ਸੀਗੀ, ਬਟ ਅੱਜ ਉਸ ਤਰ੍ਹਾਂ ਦੀ ਗਰੋਥ ਨਾ ਸਾਨੂੰ ਗੋਬਿੰਦਗੜ੍ਹ ਦਿਖ ਰਹੀ ਹੈ, ਨਾ ਲੁਧਿਆਣਾ ਦਿਖ ਰਹੀ ਹੈ, ਨਾ ਜਲੰਧਰ ਦਿਖ ਰਹੀ ਹੈ। ਉਸ ਗਰੋਥ ਵਾਸਤੇ ਸਾਨੂੰ ਚਾਹੀਦਾ ਕੀ ਹੈ, ਜਿਹੜੀਆਂ ਰਿਕੁਇਜ਼ਿਟਸ ਨੇ, ਸਭ ਤੋਂ ਪਹਿਲਾਂ ਸਾਨੂੰ ਇਕਨੋਮਿਕਲ ਰੇਟ ਤੇ ਐਕਸਟੀ ਜਿਹੜੀ ਹੈ ਸਪਲਾਈ ਕਰਨੀ ਪਏਗੀ। ਇਹ ਹੁਣ ਪੰਜਾਬ ਸਰਕਾਰ ਨੂੰ ਮੇਰੀਆਂ ਰਿਕੁਐਸਟ ਨੇ ਤੇ ਸਲਾਹ ਵੀ ਨੇ, ਮੈਂ ਸਾਰੇ ਹਿੰਦੁਸਤਾਨ ਦੇ ਜਿਹੜੇ ਹੈ ਅਡਲਟ ਸਰਕਾਰਾਂ ਨੂੰ ਸਲਾਹ ਦਿੰਦਾ, ਸੈਂਟਰਲ ਗਵਰਨਮੈਂਟ ਨੂੰ ਵੀ ਸਲਾਹ ਦਿੰਦਾ, ਤਾਂ ਮੇਰੀ ਰਿਕੁਐਸਟ ਤੇ ਸਲਾਹ ਹੈ, ਮੇਰੀ ਆਰਗਨਾਈਜੇਸ਼ਨ akashindal.in ਦੀ, ਪਹਿਲਾਂ ਤਾਂ ਅਸੀਂ ਵਾਜਿਬ ਦਾਮ ਤੇ ਇਲੈਕਟ੍ਰਿਸਿਟੀ ਸਪਲਾਈ ਕਰੀਏ, ਉਹ ਤੋਂ ਬਾਅਦ ਅਸੀਂ ਲੈਂਡ ਅਲਾਟ ਕਰੀਏ ਕੰਸੈਸ਼ਨਲ ਰੇਟ ਤੇ, ਫਿਰ ਸਰਕਾਰ ਨੂੰ ਚਾਹੀਦਾ ਹੈ ਕਿ ਸਬਸਿਡੀਜ਼ ਦਿੱਤੀਆਂ ਜਾਣ। ਗੱਲ ਇਹ ਆਏਗੀ ਜੀ, ਜਿੰਦਲ ਸਾਹਿਬ ਕਹਿੰਦੇ ਨੇ ਸਬਸਿਡੀ ਦਿੱਤੀ ਜਾਵੇ, ਪੈਸਾ ਤਾਂ ਪਹਿਲਾਂ ਹੀ ਨਹੀਂ ਹੈ। ਉਸ ਮੇਰਾ ਇਹ ਕਹਿਣਾ ਹੈ ਕਿ ਜੇ ਅਸੀਂ ਸਬਸਿਡੀ ਦੇ ਕੇ ਇੰਡਸਟਰੀ ਲਾਵਾਂਗੇ ਤਾਂ ਟੈਕਸ ਕਲੈਕਸ਼ਨ ਸਾਡੀ ਉਸੇ ਸਾਲ ਇੰਨੀ ਵੱਧ ਜਾਏਗੀ ਕਿ ਵਾਟ ਐਵਰ ਸਬਸਿਡੀ ਵੀ ਹੈਵ ਗਿਵਨ ਵੀਲ ਮੇਕ ਵੀਲ ਅਰਨ ਮਚ ਮੋਰ ਮਨੀ ਦੈਨ ਵਾਟ ਵੀ ਹੈਵ ਸਪੈਂਡ। ਉਹ ਤੋਂ ਇਲਾਵਾ ਮੇਰੀ ਆਰਗਨਾਈਜੇਸ਼ਨ akashindal.in ਦੀ ਸਲਾਹ ਹੈ ਕਿ ਪੰਜਾਬ ਦੀ ਤਰਫ ਤੋਂ ਸਟੇਟ ਫਾਈਨੈਂਸ ਕਾਰਪੋਰੇਸ਼ਨ ਦੀ ਤਰਫ ਤੋਂ ਸਸਤੇ ਰੇਟ ਤੇ ਲੋਨ ਦਿੱਤੇ ਜਾਣ। ਆਕਾਸ਼ ਜੀ, ਆਈਲ ਸਟਾਪ ਯੂ ਫੋਰ ਅ ਵਾਈਲ। ਮੇਰੇ ਨਾਲ ਨਾ ਕਾਫੀ ਸਾਰੇ ਜਿਹੜੇ ਕਾਲਰਸ ਨੇ ਉਹ ਵੀ ਜੁੜੇ ਹੋਏ ਹਨ। ਬਕਾਇਦਾ ਮੈਂ ਆਪਣੇ ਦਰਸ਼ਕਾਂ ਨੂੰ ਵੀ ਦਰਖਾਸਤ ਕਰਾਂਗਾ, ਜੇਕਰ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਜਾਂ ਕੋਈ ਵੀ ਪ੍ਰਤੀਕਿਰਿਆ ਤੁਸੀਂ ਜਾਂ ਕੋਈ ਵੀ ਪ੍ਰਤੀਕਰਮ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਇਸ ਹੇਠ ਲਿਖੇ ਨੰਬਰ ਦੇ ਉੱਤੇ, ਜਾਂ ਫਿਰ ਮੈਨੂੰ ਈਮੇਲ ਵੀ ਕਰ ਸਕਦੇ ਹੋ harkirat@justbroadcasting.com info@justbroadcasting.com ਦੇ ਉੱਤੇ। ਕਾਲਰਸ ਦੀ ਮੈਂ ਕਾਲ ਲੈ ਲਵਾਂ, ਉਹ ਕੀ ਕਹਿਣਾ ਚਾਹੁੰਦੇ ਹਨ ਉਹਨਾਂ ਨੂੰ ਵੀ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਚਰਨ ਸਿੰਘ ਪ੍ਰੇਮਪੁਰਾ ਬੋਲਦਾ ਜੀ। ਪ੍ਰੇਮਪੁਰਾ ਸਾਹਿਬ, ਕੀ ਹਾਲ ਨੇ, ਠੀਕ ਹੋ? ਵਾਲੀਆ ਸਾਹਿਬ, ਤੁਸੀਂ ਬੜੇ ਤੰਤਾਂ ਦੇ ਯੋਗ, ਹਰ ਵਾਰੀ ਬੜੇ ਸੀਰੀਅਸ ਮੁੱਦਾ ਲਿਆਂਦੇ ਆਪਣੇ ਪੰਜਾਬ ਵਾਸਤੇ। ਜੀ ਮਿਹਰਬਾਨੀ, ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਦ ਖਬਰਾਂ ਸੁਣਨ ਨੂੰ ਮਿਲਦੀਆਂ ਤਾਂ ਫਿਰ ਰੋਡ ਮੈਪ ਕਿਵੇਂ ਕ੍ਰੀਏਟ ਕੀਤਾ ਜਾਏ, ਉਹ ਵੀ ਫਿਰ ਜ਼ਿੰਮੇਵਾਰੀ ਬਣ ਜਾਂਦੀ ਕਿ ਆਪਾਂ ਕਰ ਸਕਦੇ ਹਾਂ ਲੇਕਿਨ ਕਿਵੇਂ ਕਰ ਸਕਦੇ ਹਾਂ ਉਹ ਦੱਸਣਾ ਬੜਾ ਜ਼ਰੂਰੀ ਹੈ। ਬਾਕੀ ਇਹ ਜੋ ਤੁਸੀਂ ਭਾਈ ਸਾਹਿਬ ਲਿਆਂਦੇ ਰਹੇ ਨਾ, ਜੀ ਜੀ, ਇਹ ਤੇ ਸੁਝਾਅ ਬੜੇ ਵਧੀਆ ਦੇ ਰਹੇ ਨੇ ਜੀ। ਤੁਸੀਂ ਜੇ ਜਸ ਪੰਜਾਬੀ ਦੇ ਆ ਰਹੇ ਹੋ ਨਾ ਜੀ, ਤੇ ਤੁਸੀਂ ਆਪਣੀ ਸ਼ਕਲ ਸ਼ੂਰਤ ਨਾਲ ਨਹੀਂ ਆ ਰਹੇ, ਆਪਣੀ ਕੁਆਲਿਟੀ ਨਾਲ ਆ ਰਹੇ ਹੋ ਜੀ। ਜੀ ਜਿਹੜਾ ਪੰਜਾਬ ਦਾ ਮੰਦਾ ਹਾਲ ਹੋ ਰਿਹਾ ਨਾ ਜੀ, ਇੱਕ ਤੇ ਇੱਕੋ ਪਰਿਵਾਰ ਨੇ ਗ੍ਰਾਬ ਕਰ ਲਿਆ ਜੀ, ਬਾਦਲ ਪਰਿਵਾਰ ਨੇ ਜੀ, ਦੂਜਾ ਜਿਹੜਾ ਕਾਂਗਰਸ ਦਾ ਪਰਿਵਾਰ ਹੈ ਨਾ ਜੀ, ਕੈਪਟਨ ਸਾਹਿਬ ਜਿਹੜਾ ਨਾ ਇਹ ਸਿਫਾਰਸ਼ੀ ਹੈ, ਸਿਫਾਰਸ਼ੀ ਹੋਰ ਚੀਜ਼ ਹੈ, ਲਾਡਲਾ ਹੋਰ ਚੀਜ਼ ਹੈ, ਉਹਦੇ ਕਿਸੇ ਦੀ ਗੱਲ ਹੀ ਨੀ ਸੁਣਦਾ। ਜਿੰਨੇ ਮਰਜ਼ੀ ਭਾਅ ਸੁਝਾਅ ਦੇਈਏ ਉਹਨੂੰ ਜੀ, ਉਹਦੇ ਨਾ ਆਪਣੇ ਮਿਨਿਸਟਰਾਂ ਨੂੰ ਮਿਲਦਾ, ਨਾ MLA ਨੂੰ ਮਿਲਦਾ ਜੀ, ਤੁਸੀਂ ਇੰਨੇ ਅੱਗੇ ਰਹੋਗੇ ਤੇ ਆਪਣੀਆਂ ਅੱਖਾਂ ਹੀ ਗਵਾਓਗੇ, ਤੁਸੀਂ ਜਿੰਨਾ ਮਰਜ਼ੀ ਸਿਰ ਖਪਾਈ ਚੋ। ਸਿੱਧੂ ਸਾਹਿਬ ਨੇ ਜਿਹੜਾ ਉਹਨੂੰ ਨਿਕੰਮਾ ਮਹਿਕਮਾ ਦਿੱਤਾ ਸੀ ਨਾ, ਉਹ 2 ਸਾਲਾਂ ਦੇ ਵਿੱਚ ਉਹਦੇ ਚ ਅਰਬਾਂ ਰੁਪਇਆ ਇਕੱਠਾ ਕਰਕੇ ਦੇ ਦਿੱਤਾ, ਉਹਨੂੰ ਚੁੱਕ ਕੇ ਬਾਹਰ ਮਾਰਿਆ। ਕਰੈਕਟ, ਮੈਂ ਤੁਹਾਨੂੰ ਇੱਕ ਫੋਨ ਨੰਬਰ ਕੱਟੇ ਜੇ 540 MP ਹੁੰਦੇ ਨੇ। ਪ੍ਰੇਮਪੁਰਾ ਸਾਹਿਬ, ਆਕਾਸ਼ ਜੀ ਕੁਝ ਕਹਿ ਰਹੇ ਨੇ, ਆਕਾਸ਼ ਜੀ ਕੁਝ ਕਹਿ ਰਹੇ ਨੇ, 540 MP ਨੇ ਨਾ ਜੀ, ਤੇ ਉਹਨੂੰ 9 ਗੁਣਾ ਕਰ ਲਓ ਕਿੰਨੇ ਬਣਦੇ ਨੇ, ਇੱਕ ਮਿੰਟ ਚ ਮੈਨੂੰ ਦੱਸਿਓ, ਇੱਕ ਮਿੰਟ ਚ ਜੀ। ਤੇ ਉਹਨਾਂ ਸਾਰੇ ਹਿੰਦੁਸਤਾਨ ਦੇ MP MLA ਰਲਾ ਲਓ, ਇੱਕ ਬੰਦਾ ਮਾਣਦਾ ਰਹੇ ਜੀ, ਮਨਮੋਹਨ ਸਿੰਘ ਤੇ ਆਪਣਾ ਸਿੱਧੂ ਸਾਹਿਬ, ਬਾਕੀ ਸਾਰੇ ਚੋਰ ਵਾਲੇ ਨੇ, ਜੋ ਮਰਜ਼ੀ ਸੁਝਾਅ ਦੇ ਜਾਓ। ਜਿਹੜੇ ਹੁਣ ਦੇਖੋ ਸਾਡੇ NRI ਭਰਾ ਇਸ ਕਰਕੇ ਪਰੇਸ਼ਾਨ ਨੇ ਕਿਉਂਕਿ ਇਹਨਾਂ ਨੇ ਕਾਫੀ ਮਨੀ ਇਨਵੈਸਟ ਕੀਤਾ, ਔਰ ਜਦ ਉਹਨਾਂ ਨੂੰ ਉੱਥੋਂ ਦੀ ਰਿਟਰਨ ਨਹੀਂ ਮਿਲਦੀ, ਕੌਨਫੀਡੈਂਸ ਲੈਵਲ ਪੈਦਾ ਨਹੀਂ ਹੋ ਪਾਉਂਦਾ ਮਿਨਿਸਟਰਾਂ ਵੱਲੋਂ, ਤਾਂ ਉਹਨਾਂ ਨੂੰ ਦੁੱਖ ਹੁੰਦਾ ਕਿ ਅਸੀਂ, ਕਿਉਂਕਿ ਸਾਡੇ ਜਿਹੜੇ ਭਰਾ ਨੇ ਜਿਹੜੇ ਅੱਜ ਸੱਤ ਸਮੁੰਦਰ ਪਾਰ ਆ ਕੇ ਵਸੇ ਹਨ, ਇੱਥੇ ਦੀ ਟੈਕਸ ਜਿਹੜੇ ਰਿਫੋਰਮਸ ਨੇ, ਇੱਥੇ ਦੀ ਪਾਲਿਸੀਜ਼ ਨੇ, ਇੱਥੇ ਦੇ ਜਿਹੜੇ ਲਾਅ ਨੇ, ਉਹ ਵਾਕਈ ਸਾਨੂੰ ਕੰਮ ਕਰਨ ਦੇ ਵਿੱਚ ਮਜਬੂਰ ਕਰਦੇ ਹਨ ਕਿ ਵੀ ਵਾਂਟ ਟੂ ਵਰਕ ਐਂਡ ਵੀ ਵਾਂਟ ਟੂ ਅਰਨ ਗੁੱਡ ਮਨੀ, ਬਟ ਵਾਈ ਨਾਟ ਇਨ ਪੰਜਾਬ? ਲੈਟਸ ਟਾਕ ਅਬਾਊਟ ਪੰਜਾਬ, ਲੈਟਸ ਨਾਟ ਟਾਕ ਅਬਾਊਟ ਐਨੀ ਅਦਰ ਸਟੇਟ ਰਾਈਟ ਨਾਓ। ਵੈਰੀ ਰਾਈਟ, ਇਨ ਫੈਕਟ ਦਿਸ ਇਜ਼ ਸਮਥਿੰਗ ਵਿਚ ਪੇਨਸ ਮੀ ਅ ਲੋਟ। ਆਈ ਵਿਲ ਆਸਕ ਦਿਸ ਕੁਐਸਚਨ ਆਕਾਸ਼ ਜੀ, ਬਟ ਆਈ ਹੈਵ ਟੂ ਗੋ ਫੋਰ ਅ ਸਮਾਲ ਬ੍ਰੇਕ, ਔਰ ਕਾਫੀ ਸਾਰੇ ਦਰਸ਼ਕ ਵੀ ਮੈਨੂੰ ਕਾਲ ਕਰ ਰਹੇ ਨੇ, ਤੁਸੀਂ ਕਾਲ ਕਰਕੇ ਆਪਣਾ ਕੋਈ ਵੀ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ, ਜਾਂ ਫਿਰ ਆਪਣੇ ਪ੍ਰਤੀਕਰਮ ਇਸ ਮੰਚ ਦੇ ਉੱਤੇ ਸਾਂਝੇ ਕਰ ਸਕਦੇ ਹੋ। ਫਿਲਹਾਲ ਮੈਂ ਰੁਕ ਰਿਹਾ ਇੱਕ ਬ੍ਰੇਕ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਭ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਪਿੱਛੇ ਕਿਉਂ, ਵੱਡਾ ਸਵਾਲ ਇੱਥੇ ਬਣਿਆ ਹੋਇਆ। ਆਕਾਸ਼ ਜਿੰਦਲ ਜੀ ਮੇਰੇ ਨਾਲ ਜੁੜੇ ਹੋਏ ਹਨ, ਅਰਥਸ਼ਾਸਤਰੀ ਹਨ, ਸਾਨੂੰ ਦੱਸ ਰਹੇ ਸੀਗੇ ਕਿ ਆਪਾਂ ਸਵਾਲ ਕੀਤਾ ਸੀਗਾ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਕਿ ਕਿਉਂ ਨਹੀਂ ਅਸੀਂ ਇਨਵੈਸਟ ਕਰ ਰਹੇ, ਜਾਂ ਫਿਰ ਕੌਨਫੀਡੈਂਸ ਲੈਵਲ ਪੈਦਾ ਕਿਉਂ ਨਹੀਂ ਹੋ ਪਾ ਰਿਹਾ, ਜਾਂ ਫਿਰ ਅਸੀਂ ਇਨਵੈਸਟ ਕਰਦੇ ਵੀ ਹਾਂ ਤਾਂ ਘਬਰਾਉਂਦੇ ਕਿਉਂ?
ਜਦਕਿ ਪੰਜਾਬ ਲੌਜਿਸਟਿਕ ਦੇ ਵਿੱਚ ਫਾਰਮਿੰਗ ਦੇ ਵਿੱਚ ਸਭ ਤੋਂ ਅੱਗੇ ਚੱਲਦਾ। ਟੋਪੋਗ੍ਰਾਫੀ ਜਿਵੇਂ ਸਾਨੂੰ ਦੱਸ ਰਹੇ ਸੀਗੇ ਆਕਾਸ਼ ਜੀ, ਬਹੁਤ ਵਧੀਆ ਹੈਗੀ ਆ। ਹੁਣ ਤਾਂ ਅੰਮ੍ਰਿਤਸਰ ਕੋਲਕਾਤਾ ਜਿਹੜਾ ਕੋਰੀਡੋਰ ਹੈ ਉਹ ਵੀ ਬਣਨ ਜਾ ਰਿਹਾ, ਉਸ ਤੋਂ ਬਾਵਜੂਦ ਵੀ ਅਸੀਂ ਪਿੱਛੇ ਕਿਉਂ ਆਕਾਸ਼ ਜੀ? ਜੀ ਦੇਖੋ, ਤੁਸੀਂ ਬੜੀ ਰੈਲੀਵੈਂਟ ਗੱਲ ਕਹੀ ਸੀ ਕਿ US ਦੇ ਵਿੱਚ, ਕੈਨੇਡਾ ਦੇ ਵਿੱਚ ਉਹ ਫੈਸਿਲਿਟੀਜ਼ ਹੈਗੀਆਂ ਜਾਂ ਉਸ ਤਰੀਕੇ ਨਾਲ ਮੋਟੀਵੇਟ ਕੀਤਾ ਜਾਂਦਾ ਹੈ, ਪੀਪਲ ਆਰ ਬੀਂਗ ਮੋਟੀਵੇਟਿਡ ਟੂ ਵਰਕ ਟੂ ਗਰੋ। ਉਹੀ ਤੁਹਾਨੂੰ ਦੱਸਾਂ ਸਾਡਾ ਅੱਜ ਦਾ ਦਰਦ ਹੈ, ਤਕਲੀਫ ਹੈ ਨਾ। ਮੇਰੀ ਆਰਗਨਾਈਜੇਸ਼ਨ ਆਕਾਸ਼ ਮੰਡਲ ਡੋਟ ਇਨ ਨੇ ਹੁਣੀ ਪੰਜਾਬ ਦਾ ਟੂਰ ਕੀਤਾ ਹੈ। ਐਵਰੀ 1 ਕਿਲੋਮੀਟਰ ਯੂ ਕ੍ਰੋਸ ਯੂਲ ਫਾਇੰਡ ਹਿਊਜ ਹੋਲਡਿੰਗਸ, ਸਟੱਡੀ ਅਬਰੋਡ, ਵਿਜ਼ਿਟ ਅਬਰੋਡ, ਵਰਕ ਅਬਰੋਡ, ਸਟੇ ਅਬਰੋਡ। ਯਾਨੀ ਅੱਜ ਪੰਜਾਬ ਵਿੱਚ ਕੀ ਹੋ ਰਿਹਾ ਹੈ ਕਿ ਸਾਡੇ ਸਾਰੇ ਯੰਗਸਟਰ, ਸਾਰੇ ਟੀਨੇਜਰਸ, ਗਰਲਸ ਔਰ ਬੋਇਜ਼, ਦੇ ਵਾਂਟ ਟੂ ਗੋ ਆਊਟਸਾਈਡ। ਦੋਸ ਹੂ ਆਰ ਫਰੋਮ ਐਫਲੂਐਂਟ ਫੈਮਲੀਜ਼, ਦੇ ਵਾਂਟ ਟੂ ਗੋ ਟੂ ਕੈਨੇਡਾ, US ਔਰ ਆਸਟ੍ਰੇਲੀਆ। ਜਿਹੜੇ ਸਾਡੇ ਭਰਾ ਜਿਹਨਾਂ ਕੋਲ ਜ਼ਿਆਦਾ ਪੈਸਾ ਹੈ ਨਹੀਂ, ਉਹ ਗਲਫ ਜਾ ਕੇ ਡਰਾਈਵਰ ਦਾ ਜਾਂ ਹੋਰ ਤਰ੍ਹਾਂ ਦੀਆਂ ਜੋਬ ਕਰਨਾ ਚਾਹੁੰਦੇ ਨੇ। ਤਾਂ ਹੋ ਕੀ ਰਿਹਾ, ਸਾਡੇ ਪੰਜਾਬ ਦੇ ਵਿੱਚੋਂ ਜਿਹੜਾ ਹੈ ਫਲਾਈਟ ਆਫ ਹਿਊਮਨ ਕੈਪੀਟਲ, ਮੈਂ ਦਰਸ਼ਕਾਂ ਨੂੰ ਦੱਸ ਦੇਵਾਂ, US ਦੇ ਵਿੱਚ ਜਿਹੜੇ ਬੈਠੇ ਦਰਸ਼ਕ ਨੇ ਉਹਨਾਂ ਨੂੰ ਕਾਫੀ ਹੱਦ ਤੱਕ ਨੌਲੇਜ ਵੀ ਹੋਏਗੀ। ਅੱਜ US ਹੋਵੇ, ਯੂਰਪ ਹੋਵੇ, ਉੱਥੇ ਨਾ ਤਾਂ ਕਾਰ ਦੀ ਉਨੀ ਕੀਮਤ ਹੈ, ਨਾ ਮਕਾਨ ਦੀ, ਨਾ ਦੁਕਾਨ ਦੀ। ਸਭ ਤੋਂ ਜ਼ਿਆਦਾ ਵੈਲਿਊ ਕਿਸੇ ਦੀ ਪਾਈ ਜਾਂਦੀ ਹੈ, ਦੈਟ ਇਜ਼ ਹਿਊਮਨ ਕੈਪੀਟਲ। ਤਾਂ ਉਹ ਸਾਡੀ ਹਿਊਮਨ ਕੈਪੀਟਲ ਜਿਹੜੀ ਹੈ ਉਹ ਫਲਾਈ ਆਊਟ ਹੋ ਰਹੀ ਹੈ, ਤਾਂ ਉਹ ਜੇ ਫਲਾਈ ਆਊਟ ਕਰਦੀ ਰਹੇਗੀ ਤਾਂ ਪੰਜਾਬ ਦਾ ਕੀ ਬਣੇਗਾ? ਆਈ ਸਲਿਊਟ ਮਾਈ ਬ੍ਰਦਰਸ ਹੂ ਆਰ ਸਟੇਇੰਗ ਇਨ US ਅਤੇ ਕੈਨੇਡਾ। ਉਹਨਾਂ ਸਾਨੂੰ ਉਹਨਾਂ 'ਤੇ ਮਾਣ ਹੈ, ਉਹਨਾਂ ਨੇ US ਅਤੇ ਕੈਨੇਡਾ ਦੇ ਵਿੱਚ ਜਾ ਕੇ ਇੱਜ਼ਤ ਕਮਾਈ ਹੈ, ਪੰਜਾਬ ਨੂੰ ਇੱਜ਼ਤ ਦੇ ਹੈ, ਦੇ ਆਰ ਡੂਇੰਗ ਵੈਲ ਫੋਰ ਦੈਮਸੈਲਵਸ। ਬਟ ਹੈਵਿੰਗ ਸੈਡ ਦੈਟ, ਜੇ ਸਾਰਾ ਹੀ ਪੰਜਾਬ ਦਾ ਯੂਥ ਪੰਜਾਬ ਛੱਡ ਕੇ ਚਲਾ ਜਾਏਗਾ, ਕਿਉਂ? ਕਿਉਂਕਿ ਓਪਰਚੁਨਿਟੀਜ਼ ਹੈ, ਉਹਨਾਂ ਨੂੰ ਮੋਟੀਵੇਸ਼ਨ ਨਹੀਂ ਮਿਲਦਾ, ਉਹਨਾਂ ਨੂੰ ਇਨਸੈਂਟਿਵਸ ਨਹੀਂ ਮਿਲਦੇ, ਉਹਨਾਂ ਨੂੰ ਉਹ ਸਹੂਲਤਾਂ ਨਹੀਂ ਮਿਲਦੀਆਂ। ਕੈਪਟਨ ਸਾਹਿਬ ਇਜ਼ ਅ ਵੈਰੀ ਟੈਲੈਂਟਡ ਮੈਨ, ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਹੈ, ਕਈ ਵਾਰ ਉਹਨਾਂ ਨਾਲ ਗੱਲਬਾਤ ਹੋਈ ਹੈ। ਹੀ ਵਾਂਟਸ ਟੂ ਡੂ ਥਿੰਗਸ ਫੋਰ ਪੰਜਾਬ, ਅਤੇ ਆਈ ਹੈਵ ਰਿਸਪੈਕਟ ਫੋਰ ਕੈਪਟਨ ਅਮਰਿੰਦਰ ਸਿੰਘ। ਬਟ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦਾ ਯੂਥ ਪੰਜਾਬ ਛੱਡ ਕੇ ਕਿਉਂ ਜਾ ਰਿਹਾ? ਉਹਦੇ ਵਾਸਤੇ ਜੋਬ ਓਪਰਚੁਨਿਟੀਜ਼ ਨਹੀਂ। ਪੰਜਾਬ ਦੇ ਵਿੱਚ ਕਿੰਨੇ MBAs ਨੇ, ਇੰਜੀਨੀਅਰਸ ਨੇ, ਦੇ ਆਰ ਨੋਟ ਗੈਟਿੰਗ ਜੋਬਸ। ਤਾਂ ਕਰਕੇ ਉਹ ਆਪਣਾ ਪਰਿਵਾਰ ਛੱਡ ਕੇ ਹੋਰ ਮੁਲਕ ਦੇ ਵਿੱਚ ਜਾ ਕੇ ਵੱਸਦਾ ਹੈ, ਕੋਈ ਗਲਫ ਦੇ ਵਿੱਚ ਜਾਂਦਾ ਹੈ, ਕੁਛ ਲੋਕਾਂ ਤਾਂ ਗਲਫ ਦੇ ਵਿੱਚ ਜਾ ਕੇ ਰਿਸਕ ਤੱਕ ਲਿੱਤਾ ਹੈ, ਸੋ ਦੈਟ ਦੇ ਕੈਨ ਅਰਨ ਮਨੀ ਫੋਰ ਦੇ ਫੈਮਲੀਜ਼ ਬੈਕ ਹੋਮ। ਤਾਂ ਉਹ ਫਲਾਈਟ ਆਫ ਹਿਊਮਨ ਕੈਪੀਟਲ ਜੇ ਅਸੀਂ ਰੋਕਣੀ ਹੈ, ਜੇ ਸਾਰਾ ਯੂਥ ਪੰਜਾਬ ਛੱਡਦਾ ਜਾਏਗਾ, ਤਾਂ ਅਲਟੀਮੇਟਲੀ ਤੁਸੀਂ ਦੱਸੋ ਇਨਕਮ ਕਿੱਥੋਂ ਆਏਗੀ? ਇਨਕਮ ਕਿਹਨੇ ਕਰਨੀ ਹੈ? ਜੇ ਉਹ ਯੂਥ ਕੰਮ ਕਰੇਗਾ, ਉਹੀ ਯੂਥ ਜੇ ਜਾ ਕੇ US ਦੇ ਵਿੱਚ। ਬਹੁਤ ਵੱਡਾ ਸਵਾਲ ਬਣਦਾ ਇੱਥੇ ਕਿ ਗਲੋਬਲ ਇਨਵੈਸਟਮੈਂਟ ਕਿਉਂ ਨਹੀਂ ਹੋ ਪਾ ਰਹੀ, ਔਰ ਜਿਹੜਾ ਪੰਜਾਬ ਦੇ ਵਿੱਚ ਵਸਦਾ ਯੰਗ ਜਨਰੇਸ਼ਨ ਹੈਗੀ ਹੈ, ਨਵੀਂ ਪਨੀਰੀ ਹੈਗੀ ਹੈ, ਉਹ ਹੀ ਪੰਜਾਬ ਛੱਡ ਕੇ ਜਾ ਰਹੀ ਹੈ, ਫਿਰ ਟੈਕਸ ਕੌਣ ਭਰੂਗਾ? ਵੱਡਾ ਸਵਾਲ ਇੱਥੇ ਬਣਦਾ ਹੈ, ਇਹਦੇ ਉੱਤੇ ਵੀ ਮੈਂ ਤੁਹਾਡੇ ਵਿਚਾਰ ਜ਼ਰੂਰ ਲਵਾਂਗਾ ਆਕਾਸ਼ ਜੀ। ਲੇਕਿਨ ਕਾਫੀ ਸਾਰੇ ਕਾਲਰਸ ਵੀ ਮੇਰੇ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਵੀ ਆਪਾਂ ਸੁਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਅਕਾਲ ਜੀ, ਮੈਂ ਸ਼ਿਕਾਗੋ ਤੋਂ ਬੋਲ ਰਿਹਾ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕੁਐਸਚਨ ਮੇਰਾ ਇਹ ਹੈ ਜੀ, ਤੁਸੀਂ ਬਹੁਤ ਚੰਗਾ ਅੱਜ ਮੁੱਦਾ ਲਿਆਂਦਾ ਜੀ, ਪਰ ਜਿਹੜੀ ਪੰਜਾਬ ਦੀ ਇਕਾਨਮੀ ਹੈ ਜੀ, ਇਹ ਪਿਛਲੇ 30 ਸਾਲਾਂ ਤੋਂ ਹੀ ਥੱਲੇ ਜਾ ਰਹੀ ਜੀ, ਮਤਲਬ ਇਹ ਕਿਸੇ ਗਵਰਨਮੈਂਟ ਨੂੰ ਵੀ ਇਹਦਾ ਧਿਆਨ ਨਹੀਂ ਆਇਆ ਜੀ, ਨਾ ਕਿਸੇ ਨੇ ਇਹਦਾ ਧਿਆਨ ਕੀਤਾ ਜੀ। ਬਾਕੀ ਇੱਕ ਹੋਰ ਚੀਜ਼ ਹੈ ਜੀ, ਜੀ ਜਿੰਨਾ ਚਿਰ ਇਹ ਜਿਹੜਾ ਪੰਜਾਬ ਦਾ ਜਾਂ ਇੰਡੀਆ ਦਾ ਇੰਨਾ ਪੈਸਾ ਪ੍ਰੋਡਿਊਸ ਹੁੰਦਾ, ਇਹ ਆਕਾਸ਼ ਜੀ ਵੀ ਦੱਸ ਰਹੇ ਸੀ ਵੀ 4.5 ਹੁਣ GDP ਹੈ, ਪਹਿਲਾਂ ਜ਼ਿਆਦਾ ਸੀ, ਫਿਊਚਰ 'ਚ ਹੋ ਵੀ ਜਾਣੀ, ਇਹ ਪੈਸਾ ਜਾਂਦਾ ਕਿੱਥੇ ਹੈ ਜੀ? ਇਹ ਜਿਹੜੇ ਲੋਕ ਪੋਲੀਟੀਸ਼ੀਅਨ ਹੈ ਉੱਥੋਂ ਦੇ, ਕਿਸੇ ਸਟੇਟ ਦੇ ਹੋਣ, ਆਪਣੀ ਸਟੇਟ ਦੇ ਵੀ ਅਤੇ ਦੂਜਿਆਂ ਦੇ ਵੀ, ਇਹ ਜਿੰਨਾ ਪੈਸਾ ਫਨਲ ਆਊਟ ਕਰ ਦਿੰਦੇ ਆ, ਹਰੇਕ ਕਰਪਸ਼ਨ ਦੇ ਵਿੱਚ ਸਾਰਾ ਪੈਸਾ ਨਿਕਲ ਜਾਂਦਾ ਜੀ। ਹੁਣ ਦੂਜੀ ਗੱਲ ਹੈ ਵੀ ਪੰਜਾਬ ਗਵਰਨਮੈਂਟ NRIs ਨੂੰ ਕਹਿੰਦੇ ਆ, ਸੈਮੀਨਾਰ ਆਏ ਸਾਲ ਕਰਦੇ ਆ, ਬਹੁਤ ਲੋਕ ਇੱਥੋਂ ਜਾਂਦੇ ਆ, ਬੜੇ ਇੱਥੇ ਸਕਸੈਸਫੁਲ ਲੋਕ ਜਾਣਾ ਚਾਹੁੰਦੇ, ਪਰ ਗਵਰਨਮੈਂਟ ਕੋਲ ਕੋਈ ਡਿਸਕ੍ਰੀਟ ਜਾਂ ਕੋਈ ਬਣਿਆ ਪ੍ਰੋਜੈਕਟ ਨਹੀਂ ਅੱਗੇ ਰੱਖਦੇ। ਆ ਜੀ ਪੈਸੇ ਲਾ ਦਿਓ ਜੀ, ਪੈਸੇ ਲਾ ਦਿਓ ਜੀ, ਪੈਸੇ ਲਾ ਦਿਓ, ਕਿੱਥੇ ਲਾ ਦਈਏ ਪੈਸੇ? ਹਾਂ ਕਿੱਥੇ ਲਾ ਦਈਏ, ਮਤਲਬ ਇਹ ਉੱਥੇ IAS ਹੈ, ਉੱਥੇ ਅਮਲਾ ਪਹਿਲਾ ਸਾਰਾ ਹੈ, ਉੱਥੇ ਪਲੈਨਿੰਗ ਕਮਿਸ਼ਨ ਹੈ, ਉੱਥੇ ਹਰ ਤਰ੍ਹਾਂ ਦਾ ਮਿਨਿਸਟਰ ਹੈ, ਹਰ ਮਹਿਕਮਾ ਹੈ, ਉਹ ਆਪਣਾ ਕੋਈ ਪ੍ਰੋਜੈਕਟ ਬਣਾ ਕੇ ਰੱਖਣ, ਉਹ ਲਾ ਕੇ ਲੋਕਾਂ ਨੂੰ ਕਹਿਣ, ਜਿਹਨੂੰ ਮੈਨੂੰ ਚੰਗਾ ਲੱਗੇਗਾ ਮੈਂ ਉਹਨੂੰ ਕਰ ਲਊਂਗਾ। ਇਹ ਸਾਰਿਆਂ ਨੇ ਨੀ ਜਾਣਾ ਹੁੰਦਾ, ਜਿਵੇਂ ਕਾਰਪੋਰੇਟ ਬਿਜ਼ਨਸ ਹੈ, ਪੀਪਲ ਇਨਵੈਸਟ ਕਰਦੇ ਆ, ਕਾਰਪੋਰੇਟ ਲੋਕ ਉਹਨੂੰ ਰਨ ਕਰਦੇ ਆ, ਕਿਸੇ ਦਾ 2% ਹੋ ਗਿਆ, ਕਿਸੇ ਦਾ 1% ਹੋ ਗਿਆ। ਪੰਜਾਬ ਗਵਰਨਮੈਂਟ ਨੂੰ ਇਹ ਕੰਫੀਡੈਂਸ ਕ੍ਰੀਏਟ ਕਰਨਾ ਚਾਹੀਦਾ, ਜਿਵੇਂ ਨਵੀਂ ਕੰਪਨੀ ਖੁੱਲਦੀ ਹੈ,
ਚੰਗੀ ਕੰਪਨੀ ਹੋਵੇ ਉਹਦੇ ਸਟਾਫ ਲੋਕ ਲੈਂਦੇ ਆ, ਪਬਲਿਕ ਮਨੀ ਰੇਜ਼ ਹੁੰਦਾ, ਪਬਲਿਕ ਮਨੀ ਰੇਜ਼ ਹੋ ਕੇ। ਆਕਾਸ਼ ਜੀ, ਆਈ ਵਿਲ ਗੈਟ ਬੈਕ ਟੂ ਯੂ। ਯਾ ਬਹੁਤ ਸੋਹਣਾ ਸਵਾਲ ਤੁਸੀਂ ਕੀਤਾ, ਮੈਂ ਆਕਾਸ਼ ਜੀ ਤੋਂ ਇਹਦਾ ਜਵਾਬ ਵੀ ਜ਼ਰੂਰ ਲੈਣਾ ਚਾਹਾਂਗਾ। ਆਕਾਸ਼ ਜੀ, ਇੱਥੇ ਮੈਨੂੰ ਸਮਾਂ ਜ਼ਿਆਦਾ ਤੋਂ ਇੱਕ ਨਿੱਕੇ ਜਿਹੇ ਵਕਫੇ ਲਈ ਰੋਕ ਰਿਹਾ, ਔਰ ਜਦ ਮੈਂ ਵਕਫੇ ਤੋਂ ਬਾਅਦ ਵਾਪਸ ਆਵਾਂਗਾ ਤਾਂ ਫਿਰ ਮੈਂ ਇਸ ਸਵਾਲ ਦਾ ਜਵਾਬ ਤੁਹਾਡੇ ਤੋਂ ਲਵਾਂਗਾ। ਮਿਲਦੇ ਹਾਂ ਇਸ ਵਕਫੇ ਤੋਂ ਬਾਅਦ। ਅਤੇ ਮੈਂ ਆਕਾਸ਼ ਜੀ ਤੋਂ ਕਾਫੀ ਸਾਰੇ ਸਵਾਲਾਂ ਦਾ ਜਵਾਬ ਲੈਣਾ ਚਾਹੁੰਦਾ, ਪਰ ਮੇਰੇ ਨਾਲ ਕਾਲਰਸ ਨੇ, ਉਹਨਾਂ ਦੇ ਵੀ ਉਹਨਾਂ ਨੂੰ ਵੀ ਸੁਣਨਾ ਇੰਪੋਰਟੈਂਟ ਹੈ। ਅਤੇ ਮੈਂ ਚਾਹਾਂਗਾ ਕਿ ਤੁਸੀਂ ਛੇਤੀ ਆਪਣੇ ਸਵਾਲ ਪੁੱਛੋ ਤਾਂ ਅਸੀਂ ਇੱਕ ਹੀ ਵਾਰ ਜਵਾਬ ਲੈ ਲਈਏ। ਆਕਾਸ਼ ਜੀ ਤੋਂ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਹਕੀਰਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣੇ ਆਕਾਸ਼ ਦੀਪ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਆਕਾਸ਼ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਡੇ ਦਰਸ਼ਕ ਤੁਹਾਨੂੰ। ਮੈਂ ਕਿਹਾ ਜੀ, ਮੁੱਦਾ ਬਹੁਤ ਸੋਹਣਾ ਲਿਆਂਦਾ, ਜਿਹੜਾ ਇਹਦੀ ਮਾਲੀ ਹਾਲਤ ਪੰਜਾਬ ਦੀ ਦੱਸੀ ਆ ਤੁਸੀਂ, ਇਹ ਤਾਂ ਸੁਣ ਕੇ ਕੰਨ ਖੜੇ ਹੁੰਦੇ ਆ। ਪਰ ਗੱਲ ਇਹ ਕਿਹਾ ਹਰਕੀਰਤ ਜੀ, ਜਦ ਤੁਸੀਂ ਪਹਿਲਾਂ ਸ਼ੁਰੂ ਕੀਤਾ ਜੀ, ਮੈਨੂੰ ਉਹ ਗੱਲ ਚੇਤੇ ਆਉਂਦੀ ਆ ਵੀ ਤੁਸੀਂ ਕਿਹਾ ਬੜੇ ਦੁੱਖ ਨਾਲ ਕਹਿਣਾ ਪੈਂਦਾ। ਮੈਂ ਕਿਹਾ ਵੀ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਲੀਡਰ ਨੂੰ ਜੀ 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 ਨਿਕਲਿਆ ਮਾਲੀ ਹਾਲਤ। ਬਾਕੀ ਇੱਕ ਗੱਲ ਆ, ਜਿਹੜੇ ਹੁਣ ਆਕਾਸ਼ਦੀਪ ਜੀ ਦੱਸਦੇ ਆ ਵੀ ਕੀ ਸਕੀਮਾਂ ਲਿਆਈਏ ਜੀ, ਜਿਹੜੀਆਂ ਸਕੀਮਾਂ ਆਪਣੇ ਹਰਕੀਰ ਜੀ ਪਹਿਲਾਂ ਹੀ ਸੀਗੀਆਂ ਉਹੀ ਪਲਾਨ ਕਰ ਗਈਆਂ, ਤੇ ਰਹਿਣਾ ਗਾਹ ਕੀ ਕਰਨਾ ਸੀ। ਰਾਈਟ ਰਾਈਟ। ਬਾਕੀ ਜਿਹੜੇ ਹੁਣ ਕੈਪਟਨ ਸਾਹਿਬ ਗਏ ਸੀ ਆਪਣੇ ਮਹਾਰਾਸ਼ਟਰ ਗਏ, ਤੁਹਾਨੂੰ ਪਤਾ ਹੋਣਾ ਪਹਿਲਾਂ ਜੀ ਜੀ, ਉੱਥੋਂ ਕੋਈ ਆਇਆ ਇਨਵੈਸਟਮੈਂਟ ਕਰਨ ਇੱਥੇ? ਨਹੀਂ, ਕਈ ਵਾਰੀ ਤੇ ਗੇੜੇ ਦਿੱਲੀ ਦੇ ਵੀ ਮਾਰੇ, ਕਈ ਵਾਰੀ ਜੁੱਤੀ ਘਿਸਤੀ ਉਹਨਾਂ ਨੇ ਜਾ ਕੇ ਮੋਦੀ ਦੇ ਘਰ ਵੀ। ਹੁਣ ਐਨਆ ਯਾਰਾਂ ਤੇ ਕਰਦੇ ਆ ਤੁਸੀਂ ਡਿਪੈਂਡ, ਐਨਆਈ ਤਾਂ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਇਨਵੈਸਟ ਕਰਨਾ ਚਾਹੁੰਦੇ ਆ ਕੋਈ। ਰਾਈਟ 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 ਰਾਈਟ। ਇਸ ਕਰਕੇ ਬੜਾ ਬੁਰੀ ਹਾਲਤ ਆ। ਜਿਹੜਾ ਖਜ਼ਾਨਾ ਮੰਤਰੀ ਆ, ਇੱਕ ਆਪਣੇ ਗਰੀਬ ਕਿਸਾਨ ਆ, ਜੱਟ ਦਾ ਅਨਪੜ੍ਹ ਕਿਸਾਨ ਆ, ਉਹ ਆਪਣੇ 6 ਮਹੀਨਿਆਂ ਦਾ ਪਲਾਨ ਬਣਾ ਲੈਂਦਾ, ਬਜਟ ਬਣਾ ਲੈਂਦਾ ਵੀ ਆਹ ਕਰਨਾ ਆਹ ਕਰਨਾ ਨਹੀਂ ਕਰਨਾ, ਇੰਨਾ ਪੈਸਾ ਐਮਰਜੈਂਸੀ ਲਈ ਚਾਹੀਦਾ। ਰਾਈਟ। ਇਹਨੂੰ ਮੰਤਰੀ ਤੋਂ ਇੰਨਾ ਵੀ ਨੀ ਪਤਾ ਹੈ ਕੀ ਕਰਨਾ ਚਾਹੀਦਾ, ਕਿੱਦਾਂ ਰੈਵਨਿਊ ਆਊਗਾ। ਵੈਲਿਡ ਕੁਐਸਚਨ। ਐਕਸਾਈਜ਼ ਡਿਊਟੀ ਦਾ ਹੁਣ 5200 ਜਿਹੜਾ 20,000 crore ਸੀਗਾ ਅੱਗੇ ਜੀ, ਤੇ ਇਹ ਕਿੱਥੇ ਜਾਂਦਾ? ਬਾਕੀ ਹੁਣ ਲੋਕੀ ਸ਼ਰਾਬ ਪੀਣੋਂ ਹਟ ਗਏ ਜੀ 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 ਜੀ, ਘੱਟ ਕਰ ਗਏ, ਤੇ ਬਾਕੀ ਇਹ ਸਾਰਾ ਹੁਣ ਬਾਹਰੋਂ ਲਿਆ ਕੇ ਸ਼ਰਾਬ ਵੇਚਦੇ ਆ ਜਿਹੜੇ ਆ ਸ਼ਰਾਬ ਮਾਫੀਏ ਜਿਹੜੇ। ਮਿਹਰਬਾਨੀ ਤੁਹਾਡੀ, ਮਿਹਰਬਾਨੀ, ਮੇਰੇ ਨਾਲ ਹੋਰ ਵੀ ਕਾਲਰਸ ਨੇ, ਮਿਹਰਬਾਨੀ ਤੁਸੀਂ ਆਪਣੇ ਸਵਾਲ ਰੱਖੇ। ਥੈਂਕ ਯੂ ਜੀ। ਨੋ ਪ੍ਰੋਬਲਮ ਜੀ, ਮੇਰੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਨੂੰ ਵੀ ਸੁਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਅਲਵਾਲੀਆ ਜੀ, ਰਾਜਕੁਮਾਰ ਬੋਲ ਰਹੇ ਹਾਂ। ਹਾਂਜੀ ਰਾਜਕੁਮਾਰ ਸਾਹਿਬ, ਠੀਕ ਹੋ? ਬਿਲਕੁਲ ਠੀਕ ਜੀ। ਰਾਜਕੁਮਾਰ ਜੀ, ਕੀ ਕਹਿਣਾ ਚਾਹੋਗੇ? ਮੈਂ ਤੇ ਕਹਾਂਗਾ ਜੀ ਕਿ ਸਾਡੇ ਵੇਖਦੇ ਹੀ ਵੇਖਦੇ ਜੀ ਮੰਡੀ ਗੋਬਿੰਦਗੜ੍ਹ ਕਿੱਡੀ ਵੱਡੀ ਮੰਡੀ ਸੀ ਜੀ ਜੀ, ਹੋ ਗਈ ਬਿਲਕੁਲ ਲੁਧਿਆਣਾ ਦੀ ਜੀ, ਫੈਕਟਰੀ ਇੰਡਸਟਰੀ ਕਿੱਡੀ ਵੱਡੀ ਸੀ ਜੀ ਜੀ ਜੀ, ਹੋ ਗਈ ਜੀ ਜੀ, ਬਿਲਕੁਲ ਮੇਰੀ ਪੰਜਾਬ ਗਵਰਨਮੈਂਟ ਨੂੰ ਇਹ ਸਜੈਸ਼ਨ ਰਹੇਗੀ ਕਿ ਵੀ ਸ਼ੁਡ ਗਿਵ ਸਮ ਪ੍ਰੈਫਰੈਂਸ਼ੀਅਲ ਸੈਕਟਰਸ ਕਿ ਕਿਹੜੇ ਕਿਹੜੇ ਸੈਕਟਰਸ ਦੇ ਵਿੱਚ ਸਾਡੇ ਕੋਲ ਕੀ ਬਿਜ਼ਨਸ ਮਾਡਲ ਨੇ। ਰਾਦਰ ਮੈਂ ਤਾਂ ਆਈ ਵਿਲ ਗੋ ਅ ਸਟੈਪ ਅਹੈਡ ਐਂਡ ਸੇ ਮੇਰੀ ਆਰਗਨਾਈਜੇਸ਼ਨ akashmindal.in ਕਲੀਅਰਲੀ ਸਰਕਾਰ ਗਵਰਨਮੈਂਟ ਨੂੰ ਰਿਕੁਐਸਟ ਕਰੇਗੀ ਕਿ ਬਿਜ਼ਨਸ ਮਾਡਲਸ ਪਲਾਂਟਸ ਕਿਹੜੇ ਕਿਹੜੇ ਲੱਗ ਸਕਦੇ ਨੇ ਉਹਦੇ ਬਾਰੇ ਦੱਸਿਆ ਜਾਵੇ, ਹਾਊ ਕੈਨ ਦ ਪੰਜਾਬ ਗਵਰਨਮੈਂਟ ਹੈਲਪ ਇੰਡਸਟਰੀਲਿਸਟ, ਪਹੁੰਚੀ ਜਾਵੇ। ਉਹ ਤੋਂ ਬਾਅਦ ਗੱਲ ਆ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਪੈਸਾ ਅਟਰੈਕਟ ਹੋ ਸਕਦਾ ਹੈ। ਦੇਖੋ, ਪੈਸਾ ਪੰਜਾਬ ਦੇ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਬਹੁਤ ਅਟਰੈਕਟ ਹੋ ਸਕਦੀ ਹੈ, ਅਤੇ ਫੋਰਨ ਡਾਇਰੈਕਟ ਇਨਵੈਸਟਮੈਂਟ ਵਾਸਤੇ ਅਸੀਂ ਇੱਕ ਅਟਰੈਕਟਿਵ ਡੈਸਟੀਨੇਸ਼ਨ ਹੈਗੇ ਹਾਂ, ਕਿਉਂਕਿ ਓਵਰਆਲ ਮੇਕ ਇਨ ਇੰਡੀਆ ਦਾ ਜਿਹੜਾ ਪਲਾਨ ਹੈ ਉਹਦੇ ਵਿੱਚ FDI ਵਾਸਤੇ ਕਈ ਤਰ੍ਹਾਂ ਦੇ ਕੰਸੈਸ਼ਨ ਕੰਟਰੀ ਦੇ ਵਿੱਚ ਹੈਗੇ ਹੈ, ਤਾਂ ਇਸ ਲਈ NRIs ਕੈਨ ਕਮ, NRIs ਕੈਨ ਇਨਵੈਸਟ ਇਨ ਪੰਜਾਬ। ਠੀਕ ਹੈ, ਕਿਸੇ ਸਾਡੇ ਭਰਾ ਦਾ ਦਰਦ ਹੋਏਗਾ ਕਿ ਉਹ ਕਹਿ ਰਿਹਾ ਕਿ ਅਸੀਂ ਜ਼ਮੀਨ ਵੇਚ ਕੇ ਉੱਧਰ ਜਾ ਰਹੇ ਹਾਂ, ਬਟ ਡਾਇਵਰਸੀਫਿਕੇਸ਼ਨ ਬਹੁਤ ਜ਼ਰੂਰੀ ਹੈ। ਤੁਸੀਂ US ਦੇ ਵਿੱਚੋਂ, ਕੈਨੇਡਾ ਦੇ ਵਿੱਚੋਂ, ਅਲਟੀਮੇਟਲੀ ਅੱਜ ਦੀ ਤਰੀਕ ਦੇ ਵਿੱਚ ਵੀ ਇੰਡੀਆ ਦੀ ਇਕੋਨਮੀ ਆਊਟ ਪਰਫਾਰਮ ਕਰ ਰਹੀ ਹੈ US ਨੂੰ, ਕੈਨੇਡਾ ਨੂੰ, ਤਾਂ ਪਲੀਜ਼ ਡਾਇਵਰਸੀਫਾਈ ਇਨ ਯੋਰ ਹੋਮ ਸਟੇਟ ਆਲਸੋ। ਪੰਜਾਬ ਆਫਰਸ ਯੂ ਲੋਟਸ ਐਂਡ ਲੋਟਸ ਆਫ ਓਪਰਚੁਨਿਟੀਜ਼, ਤੇ ਉਹ ਓਪਰਚੁਨਿਟੀ ਜਿਹੜਾ ਪੋਟੈਂਸ਼ੀਅਲ ਹੈ ਉਹ ਕਿਸੇ ਤਰੀਕੇ ਨਾਲ ਉਹਨੂੰ ਯੂਜ਼ ਕਰਨਾ ਹੈ, ਤੇ ਵੀ ਹੈਵ ਟੂ ਐਡਵਾਂਸ ਆਰਸੈਲ। ਜਿਹੜੀ ਤੀਜੀ ਗੱਲ ਕਹੀ ਗਈ ਹੈ ਲੁਧਿਆਣਾ ਦੇ ਸਾਈਕਲ ਇੰਡਸਟਰੀ ਦੀ, ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਦੀ, ਜਲੰਧਰ ਦੇ ਸਪੋਰਟਸ ਗੁੱਡ ਦੀ, ਗੋਬਿੰਦਗੜ੍ਹ ਦੀ ਸਟੀਲ ਟਾਊਨ ਦੀ, ਉਹ ਅਸੀਂ ਆਲਰੇਡੀ ਇਸ਼ੂ ਚੱਕਿਆ ਹੈ ਕਿ ਦੈਟ ਨੀਡਸ ਟੂ ਬੀ ਰਿਵਾਈਵ, ਤੇ ਉਹਦੇ ਵਿੱਚ ਰਿਵਾਈਵਲ ਦਾ ਬਹੁਤ ਬਹੁਤ ਪੋਟੈਂਸ਼ੀਅਲ ਹੈ। ਬਟ ਲੈਟ ਮੀ ਟੈਲ ਯੂ,
ਕਿ ਪੰਜਾਬ ਹੈਸ ਗੋਟ ਅ ਲੋਟ ਆਫ ਪੋਟੈਂਸ਼ੀਅਲ, ਲੋਟ ਆਫ ਟੈਲੈਂਟ। ਤੁਸੀਂ ਖੁਦ ਦੱਸੋ ਮੇਰੇ ਭਰਾਵੋ, ਤੁਸੀਂ US ਦੇ ਵਿੱਚ ਕੈਨੇਡਾ 'ਚ ਆ ਕੇ ਨਾਮ ਬਣਾਇਆ, ਪੰਜਾਬ ਤੋਂ ਗਏ ਹੋ, ਯੂ ਹੈਵ ਟੈਲੈਂਟ। ਉਹ ਟੈਲੈਂਟ ਜਿਹੜਾ ਹੈ ਉਹਦੀ US ਦੇ ਵਿੱਚ ਵੈਲਿਊ ਪਈ ਹੈ, ਟੋਰਾਂਟੋ ਦੇ ਵਿੱਚ। ਆਈ ਥਿੰਕ ਵੀ ਡੂ ਹੈਵ ਦੈਟ ਟੈਲੈਂਟ, ਬਟ ਪੰਜਾਬ ਗਵਰਨਮੈਂਟ ਉਹਨੂੰ ਨਰਚਰ ਨਹੀਂ ਕਰ ਪਾ ਰਹੀ। ਉਹ ਪੰਜਾਬ ਗਵਰਨਮੈਂਟ ਨੂੰ ਇਹੀ ਕਰਨਾ ਹੈ ਕਿ ਉਸ ਟੈਲੈਂਟ ਨੂੰ ਯੂਜ਼ ਕਰਨਾ ਹੈ, ਉਸ ਟੈਲੈਂਟ ਨੂੰ ਯੂਜ਼ ਕਰਕੇ। ਅੱਜ ਹੋ ਕੀ ਰਿਹਾ ਸਾਡੇ NRI ਭਰਾ, ਆਈ ਹੈਵ ਰਿਸਪੈਕਟ ਫੋਰ ਦੈਮ। ਤੁਸੀਂ US ਦੇ ਵਿੱਚ ਕੈਨੇਡਾ 'ਚ ਆ ਕੇ ਕਮਾਈ ਕਰ ਰਹੇ ਹੋ, ਇੱਥੋਂ ਦੀ ਸਰਕਾਰ ਨੂੰ ਟੈਕਸ ਦੇ ਰਹੇ ਹੋ, ਤਾਂ ਹੋ ਕੀ ਰਿਹਾ? ਸਾਡੇ ਪੰਜਾਬ ਦੀ ਮਿਹਨਤ ਨਾਲ, ਸਾਡੇ ਪੰਜਾਬੀਆਂ ਦੀ ਮਿਹਨਤ ਨਾਲ US ਤੇ ਕੈਨੇਡਾ ਗਰੋ ਕਰ ਰਹੇ ਨੇ, ਤੇ ਹੋਣਾ ਇਹ ਚਾਹੀਦਾ ਕਿ ਸਾਡੇ ਪੰਜਾਬੀਆਂ ਦੀ ਮਿਹਨਤ ਨਾਲ ਸਾਡਾ ਆਪਣਾ ਸੂਬਾ ਗਰੋ ਕਰੇ। ਅੱਜ ਤੁਸੀਂ ਲੋਕ ਕੀ ਕਰ ਰਹੇ ਹੋ US ਦੀ ਇਕਾਨਮੀ ਦੇ ਵਿੱਚ, ਕੈਨੇਡਾ ਦੀ ਇਕਾਨਮੀ ਦੇ ਵਿੱਚ ਪੰਜਾਬੀ ਬੜਾ ਇੰਪੋਰਟੈਂਟ ਰੋਲ ਪਲੇ ਕਰ ਰਹੇ ਨੇ। US ਦੇ ਪ੍ਰੈਜ਼ੀਡੈਂਟ ਨੇ ਇੰਡੀਅਨਸ ਦਾ ਰੋਲ ਜਿਹੜਾ ਹੈ US ਦੀ ਇਕਾਨਮੀ ਦੇ ਵਿੱਚ ਰਿਕੋਗਨਾਈਜ਼ ਕੀਤਾ ਹੈ। ਗਲੋਬਲੀ ਪੰਜਾਬ ਇਜ਼ ਬੀਂਗ ਰਿਕੋਗਨਾਈਜ਼, ਪੰਜਾਬੀ ਦਾ ਬੀਂਗ ਰਿਕੋਗਨਾਈਜ਼, ਵੈਦਰ ਇਟਸ ਟੋਰਾਂਟੋ ਔਰ ਸਿਡਨੀ ਤੋਂ। ਇਟਸੈਲਫ ਇਜ਼ ਅ ਕਲੀਅਰ ਕਟ ਸਰਟੀਫਿਕੇਸ਼ਨ ਦੈਟ ਆਲ ਪੰਜਾਬੀਜ਼ ਆਰ ਲੋਟ ਆਫ ਆਰ ਹੈਵਿੰਗ ਲੋਟ ਆਫ ਟੈਲੈਂਟ, ਦੇ ਹੈਵ ਕੈਪੇਬਿਲਿਟੀਜ਼, ਬਟ ਉਹ ਕੈਪੇਬਿਲਿਟੀਜ਼ ਅਸੀਂ ਯੂਜ਼ ਕਰਨੀ ਹੈ ਆਪਣੇ ਸੂਬੇ ਵਾਸਤੇ, ਆਪਣੀ ਸਟੇਟ ਵਾਸਤੇ। ਸਰਕਾਰ ਦੀ ਵੀ ਡਿਊਟੀ ਹੈ, ਅਤੇ ਨਾਲ ਹੀ ਨਾਲ ਹੱਥ ਜੋੜ ਕੇ ਕਹਾਂਗਾ ਸਾਡੀ ਸਭ ਦੀ ਵੀ ਡਿਊਟੀ ਹੈ, ਚਾਹੇ ਉਹ ਪੰਜਾਬ 'ਚ ਨੇ, ਚਾਹੇ ਮੈਂ ਦਿੱਲੀ 'ਚ ਬੈਠਾ, ਚਾਹੇ ਤੁਸੀਂ US ਕੈਨੇਡਾ 'ਚ ਬੈਠੇ ਹੋ। ਸਾਡਾ ਆਪਣਾ ਪਿਆਰਾ ਸੂਬਾ ਹੈ, ਠੀਕ ਹੈ ਕੁਛ ਕਮੀਆਂ ਹੈਗੀਆਂ, ਜੇ ਸਾਡੇ ਆਪਣੇ ਭਰਾ ਦੇ ਵਿੱਚ, ਕਿਸੇ ਫੈਮਿਲੀ ਮੈਂਬਰ ਦੇ ਵਿੱਚ, ਆਪਣੇ ਘਰ ਦੇ ਵਿੱਚ ਕੁਛ ਕਮੀਆਂ ਹੁੰਦੀਆਂ, ਤਾਂ ਅਸੀਂ ਮਿਲ ਕੇ ਉਸ ਕਮੀਆਂ ਨੂੰ ਦੂਰ ਕਰਦੇ ਹਾਂ। ਅਸੀਂ ਕਿਸੇ ਤਰੀਕੇ ਨਾਲ ਇਹ ਐਫਰਟ ਕਰਦੇ ਹਾਂ ਕਿ ਉਹ ਕਮੀਆਂ ਦੂਰ ਕੀਤੀਆਂ ਜਾਣ। ਅਤੇ ਬਾਕੀ ਸਾਰੇ ਭਰਾਵਾਂ ਨੂੰ ਮੇਰੀ ਤਰਫ ਤੋਂ ਇਹ ਰਿਕੁਐਸਟ ਹੈ, ਜੇ ਇੰਡੀਆ ਦੇ ਵਿੱਚ ਇਨਵੈਸਟ ਕਰਨਾ ਹੈ, ਮੇਰੀ ਆਰਗਨਾਈਜੇਸ਼ਨ akashmindal.in ਹੈ। ਕਿਸੇ ਤਰ੍ਹਾਂ ਦੀ ਵੀ ਸਲਾਹ ਚਾਹੀਦੀ ਹੈ, ਜੋ ਵੀ ਇਸ ਪਲੈਟਫਾਰਮ ਦੇ ਥਰੂ ਮੈਨੂੰ ਗੱਲ ਕਰੇਗਾ, ਫਰੀ ਆਫ ਕੋਸਟ ਆਈ ਵਿਲ ਗਿਵ ਹਿਮ ਕੰਸਲਟੈਂਸੀ। ਮਾਈ ਮੋਬਾਈਲ ਨੰਬਰ ਇਜ਼ 9811028757। ਯੂ ਆਰ ਫਰੀ ਟੂ ਟਾਕ ਟੂ ਮੀ ਇਫ ਯੂ ਵਾਂਟ ਟੂ ਇਨਵੈਸਟ ਇਨ ਇੰਡੀਆ ਐਂਡ ਐਨੀਬਡੀ ਕਮਿੰਗ ਥਰੂ ਦਿਸ ਪਲੈਟਫਾਰਮ, ਆਈ ਵਿਲ ਗਿਵ ਹਿਮ ਫਰੀ ਆਫ ਕੋਸਟ ਕੰਸਲਟੈਂਸੀ, ਯੂ ਆਰ ਵੈਲਕਮ। ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਸਾਡੀ ਸਾਰਿਆਂ ਦੀ ਸਪਿਰਿਟ ਇਹ ਹੋਣੀ ਚਾਹੀਦੀ ਹੈ ਕਿ ਠੀਕ ਹੈ ਸਾਡੇ ਸੂਬੇ ਦੇ ਵਿੱਚ ਕੁਝ ਕਮੀਆਂ ਨੇ, ਸਾਨੂੰ ਸਭ ਨੂੰ ਬਟ ਵੀ ਕੈਨ ਡੂ ਦੈਟ, ਵੀ ਕੈਨ ਡੂ ਦੈਟ ਐਂਡ ਵੀ ਕੈਨ ਆਪਾਂ ਸਰਕਾਰ ਦੇ ਇੱਕ ਹਿੰਦੀ ਫਿਲਮ ਸੀ ਹਮ ਸਾਥ ਸਾਥ ਹੈ, ਆਈ ਥਿੰਕ ਵੀ ਹੈਵ ਦੈਟ ਸਪਿਰਿਟ। ਸਰਕਾਰ ਨੂੰ ਵੀ ਸਮਝਣਾ ਪੈਣਾ, ਬਿਲਕੁਲ ਡੈਫੀਨੇਟਲੀ। ਬਹੁਤ ਬਹੁਤ ਮਿਹਰਬਾਨੀ ਆਕਾਸ਼ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਔਰ ਤੁਸੀਂ ਜਿਹੜੇ ਅੱਜ ਫੈਕਟਸ ਰੱਖੇ ਉਹ ਵੀ ਬਹੁਤ ਇੰਪੋਰਟੈਂਟ ਸੀਗੇ ਸਾਡੇ ਦਰਸ਼ਕਾਂ ਦੇ ਲਈ, ਐਂਡ ਆਈ ਰੀਅਲੀ ਐਪਰੀਸ਼ੀਏਟ ਯੋਰ ਟਾਈਮ। ਐਂਡ ਮੈਂ ਆਪਣੇ ਦਰਸ਼ਕਾਂ ਨੂੰ ਵੀ ਮਾਫ਼ੀ ਉਹਨਾਂ ਤੋਂ ਜ਼ਰੂਰ ਮੰਗਾਂ, ਕਿਉਂਕਿ ਕਾਫੀ ਸਾਰੀ ਕਾਲਸ ਜਿਹੜੀਆਂ ਨੇ ਉਹ ਲਾਈਨ ਦੇ ਵਿੱਚ ਨੇ, ਬਟ ਆਈ ਕਾਂਟ ਟੇਕ ਯੋਰ ਕਾਲ ਕਿਉਂਕਿ ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਲੇਕਿਨ ਅਸੀਂ ਨੈਕਸਟ ਵੀਕ ਜ਼ਰੂਰ ਆਵਾਂਗੇ, ਔਰ ਅਗਰ ਕੋਈ ਅਪਡੇਟ ਸਾਡੇ ਕੋਲ ਆਉਂਦੀ ਹੈ ਡੈਫੀਨੇਟਲੀ ਇਸ ਮੰਚ ਦੇ ਉੱਤੇ ਅਸੀਂ ਉਹਨੂੰ ਵੀ ਵਿਚਾਰ ਕਰਾਂਗੇ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਮਿਹਰਬਾਨੀ, ਸਤਿ ਸ਼੍ਰੀ ਅਕਾਲ।